ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ, ਅਤੇ ਆਖਰੀ ਜਿਹੜਾ ਸੈਗਮੈਂਟ ਆਪਣਾ ਕਿਤਾਬਾਂ ਦੇ ਅੰਗ ਸੰਗ ਅੱਜ ਦੇ ਦਿਨ ਫਰਾਈਡੇ ਵਾਲੇ ਦਿਨ ਹੁੰਦਾ ਹੈ, ਉਸਦੀ ਝਾਤ ਪਾ ਰਹੇ ਹਾਂ। ਅਤੇ ਅੱਗੇ ਜਾ ਕੇ ਆਪਣੇ ਕੋਲ 40 ਮਿੰਟ ਦਾ ਸਮਾਂ ਹੈ, ਇਸ ਦੇ ਵਿੱਚ ਇੱਕ ਚੈਪਟਰ ਸਾਂਝਾ ਕਰਦੇ ਹਾਂ ਤੁਹਾਡੇ ਨਾਲ। ਇਸ ਵਕਤ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋ ਹਰਜੀਤ ਅਟਵਾਲ ਜੀ ਦੀ ਕਲਮ ਦੇ ਵਿੱਚੋਂ ਨਾਵਲ 90 ਲੜੀਵਾਰ ਭਾਗ ਤੀਸਰਾ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ। ਰਾਇਲ ਡੀਨ ਬਰਤਾਨੀਆ ਦਾ ਸਭ ਤੋਂ ਵੱਡਾ ਪੋਸਟ ਆਫਿਸ, ਬਰਤਾਨੀਆ ਹੀ ਨਹੀਂ ਸਗੋਂ ਪੂਰੇ ਯੂਰਪ ਦੇ ਵਿੱਚੋਂ ਵੱਡਾ ਸੋਰਟਿੰਗ ਆਫਿਸ। ਇੱਥੇ ਸਿਰਫ ਚਿੱਠੀਆਂ ਹੀ ਛਾਂਟੀਆਂ ਹੀ ਨਹੀਂ ਜਾਂਦੀਆਂ, ਅੱਗੇ ਵੰਡੀਆਂ ਹੀ ਨਹੀਂ ਸੀ ਜਾਂਦੀਆਂ। ਡਾਕ ਛਾਂਟੀ ਕਰਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਨੂੰ ਭੇਜ ਦਿੱਤੀ ਜਾਂਦੀ। ਇਹ ਬਹੁਤ ਵੱਡੀ ਇਮਾਰਤ ਸੀ, 5 ਮੰਜ਼ਲੀ। ਇਸ ਦੇ 2 ਕਾਰ ਪਾਰਕ ਸੀ। ਇਮਾਰਤ ਦੇ ਦੁਆਲੇ 1-way ਸਿਸਟਮ ਦੇ ਨਾਲ ਸੜਕ ਲੰਘਦੀ। ਇਸ ਇਮਾਰਤ ਦੇ ਬੇਸਮੈਂਟ ਭਾਵ ਜ਼ਮੀਨ 2 ਮੰਜ਼ਲ ਦੇ ਵਿੱਚ ਬੈਗ ਰੂਮ ਸੀ। ਡਾਕ ਵਾਲੇ ਖਾਲੀ ਬੋਰੇ ਇੱਥੇ ਸੰਭਾਲੇ ਜਾਂਦੇ, ਸਵਾਰੇ ਜਾਂਦੇ ਅਤੇ ਮੁੜ ਵਰਤਨ ਯੋਗ ਬਣਾਏ ਜਾਂਦੇ। ਬੇਸਮੈਂਟ ਦੇ ਵਿੱਚ ਹੀ ਵਰਜਿਸ਼ ਦੇ ਲਈ ਇੱਕ ਜਿੰਮ ਵੀ ਬਣਿਆ ਹੋਇਆ ਸੀ। ਰੋਇਲ ਡੀਨ ਦੇ ਕਾਮਿਆਂ ਦੇ ਲਈ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਇੱਥੇ ਹੀ ਉਪਲਬਧ ਸਨ, ਜਿਵੇਂ ਕਿ ਬੇਸਮੈਂਟ ਦੇ ਵਿੱਚ ਹੀ ਇੱਕ ਵਾਈਨ ਕਲੱਬ ਵੀ ਸੀ। ਇੱਥੇ ਹੀ ਕਰਮਚਾਰੀ ਆਪਣੀ ਵਾਈਨ ਬਣਾ ਸਕਦੇ ਸੀ। ਇੱਕ ਫੋਟੋ ਕਲੱਬ ਵੀ ਸੀ। ਪੇਂਟਿੰਗ ਕਰਨ ਵਾਲਿਆਂ ਦੀ ਦਿਲਚਸਪੀ ਦੇ ਲਈ ਵੀ ਸਭ ਕੁਝ ਮਿਲਦਾ, ਇਵੇਂ ਹੀ ਸੰਗੀਤ, ਬੁੱਤ ਤਰਾਸ਼ੀ ਜਾਂ ਕਿਸੇ ਹੋਰ ਕਲਾ ਦੇ ਵਿੱਚ ਸ਼ੌਂਕ ਰੱਖਣ ਵਾਲਿਆਂ ਦੇ ਲਈ ਵੀ ਕਈ ਕਿਸਮ ਦੇ ਸਾਧਨ ਇੱਥੇ ਹੀ ਮੁਹੱਈਆ ਸਨ। ਇੱਥੇ ਹੀ ਸ਼ਾਵਰ ਵੀ ਲੱਗੇ ਹੋਏ ਸੀ। ਟੋਇਲਟਾਂ ਤਾਂ ਇਮਾਰਤ ਦੇ ਹਰ ਕੋਨੇ ਦੇ ਵਿੱਚ, ਗਰਾਊਂਡ ਫਲੋਰ ਭਾਵ ਜ਼ਮੀਨ ਦੇ ਸਮਤੁਲ ਮੰਜ਼ਲ ਉੱਪਰ ਇਮਾਰਤ ਦਾ ਇਸ ਦੇ ਮੁੱਖ ਦੁਆਰ ਸਨ। ਚਾਰੋਂ ਦਿਸ਼ਾਵਾਂ ਦੇ ਵਿੱਚ 4 ਦੁਆਰ। ਇਹਨਾਂ ਦੁਆਰਾਂ ਦੇ ਵਿੱਚ ਪੂਰੀ ਸਿਕਿਉਰਿਟੀ ਦਾ ਇੰਤਜ਼ਾਮ। ਇਸ ਪੋਸਟ ਆਫਿਸ ਦੇ 2 ਪਲੇਟਫਾਰਮ ਸੀ, ਇੱਕ ਇਮਾਰਤ ਦੇ ਉੱਤਰ ਦੇ ਵਿੱਚ ਅਤੇ ਇੱਕ ਦੱਖਣ 'ਚ। ਉੱਤਰ ਵੱਲ ਦੇ ਪਲੇਟਫਾਰਮ 'ਤੇ ਡਾਕ ਦੇ ਭਰੇ ਬੈਗ ਲੋਰੀਆਂ ਦੇ ਵਿੱਚੋਂ ਉਤਾਰੇ ਜਾਂਦੇ। ਦੱਖਣ ਵੱਲ ਦੇ ਪਲੇਟਫਾਰਮ 'ਤੇ ਛਾਂਟੀ ਹੋਈ ਡਾਕ ਦੇ ਜਿਹੜੇ ਭਰੇ ਬੈਗ ਟਰੱਕਾਂ ਵੈਨਾਂ ਦੇ ਵਿੱਚ ਲੱਦੇ ਜਾਂਦੇ। ਇਸੇ ਮੰਜ਼ਿਲ 'ਤੇ ਚਿੱਠੀਆਂ ਛਾਂਟਣ ਵਾਲੇ ਖੜ੍ਹੇ ਫਰੇਮ ਸਨ ਅਤੇ ਪੈਕਟ ਜਾਂ ਪਾਰਸਲ ਛਾਂਟਣ ਵਾਲੇ ਲਮਕਵੇਂ ਫਰੇਮ ਉੱਥੇ ਹੀ ਨਾਲ। ਵੱਡੇ ਪੈਕਟਾਂ ਦੇ ਲਈ ਵਿਸ਼ੇਸ਼ ਜਿਹੜੇ ਢੋਲ ਜਿਹੇ ਵੀ ਸੀ। ਇਸੇ ਮੰਜ਼ਿਲ 'ਤੇ ਨਵੀਂ ਆਈ ਡਾਕ ਉੱਪਰ ਮੋਹਰਾਂ ਵੀ ਲੱਗਦੀਆਂ। ਅੱਧੇ ਪਚੱਧੇ ਸਿਰਨਾਵੇ ਵਾਲੀਆਂ ਜਿਹੜੀਆਂ ਚਿੱਠੀਆਂ ਨੂੰ ਵੀ ਵਾਚਿਆ ਜਾਂਦਾ, ਜਾਂ ਪਾਟੇ ਹੋਏ ਪਾਰਸਲਾਂ ਜਾਂ ਹੋਰ ਡਾਕ ਨੂੰ ਵੀ ਇੱਥੇ ਹੀ ਦੇਖਿਆ ਜਾਂਦਾ। ਇਸੇ ਮੰਜ਼ਿਲ 'ਤੇ ਉਹ ਦਫ਼ਤਰ ਵੀ ਸੀ ਜੋ ਰੋਇਲ ਡੀਨ ਨੂੰ ਚਲਾਉਂਦਾ ਸੀ, ਜਿਸ ਨੂੰ ਬੁੱਕ ਰੂਮ ਕਹਿੰਦੇ। ਵੈਸੇ ਕੰਟਰੋਲਰ ਅਤੇ ਹੋਰ ਆਫਿਸਰ
ਅਮਲੇ ਫੈਲੇ ਦੇ ਦਫ਼ਤਰ 5ਵੀਂ ਮੰਜ਼ਲ 'ਤੇ ਸੀ। ਪੂਰੇ ਮੁਲਕ ਨੂੰ ਡਿਵੀਜ਼ਨਾਂ ਦੇ ਵਿੱਚ ਵੰਡ ਕੇ ਉਸ ਦੇ ਨਾਲ ਸੰਬੰਧਿਤ ਡਾਕ ਉੱਥੇ ਪੁੱਜਦੀ ਹੋ ਜਾਂਦੀ। ਇਹ ਡਿਵੀਜ਼ਨਾਂ ਸ਼ਹਿਰਾਂ ਜਾਂ ਇਲਾਕਿਆਂ ਦੀ ਦਿਸ਼ਾ ਦੇ ਹਿਸਾਬ ਦੇ ਨਾਲ ਹੁੰਦੀਆਂ, ਜਿਵੇਂ ਕਿ ਸਕਾਟਲੈਂਡ ਦੀ ਅਲੱਗ, ਵੇਲਜ਼ ਦੀ ਅਲੱਗ, ਮਿਡਲੈਂਡ, ਲੰਡਨ ਸ਼ਹਿਰ, ਹੋਮ ਕਾਉਂਟੀਜ਼ ਦੀਆਂ ਅਲੱਗ ਅਲੱਗ। ਰੋਇਲ ਡੀਨ ਦੀ ਪਹਿਲੀ ਮੰਜ਼ਲ ਦੇ ਉੱਤੇ ਰੇੜੀਆਂ ਦੇ ਵਿੱਚ ਪਈ ਡਾਕ ਆਪਣੀ ਵਾਰੀ ਦੀ ਉਡੀਕ ਕਰ ਰਹੀ ਹੁੰਦੀ ਸੀ। ਇਸੇ ਮੰਜ਼ਲ ਦੇ ਉੱਪਰ ਯੂਨੀਫਾਰਮ ਸੈਕਸ਼ਨ ਵੀ ਸੀ ਅਤੇ ਪੇ ਸੈਕਸ਼ਨ ਵੀ ਉੱਥੇ ਹੀ। ਯੂਨੀਅਨ ਵੱਲੋਂ ਖੋਲ੍ਹੀ ਦੁਕਾਨ ਵੀ, ਕਾਮਿਆਂ ਦੇ ਲੋਕਰ ਜਿਹੜੇ ਸੀ ਉਹ ਵੀ ਇੱਥੇ ਹੀ, ਜਿਨ੍ਹਾਂ ਦੇ ਵਿੱਚ ਉਹ ਆਪੋ ਆਪਣਾ ਸਮਾਨ ਰੱਖਦੇ। ਤੀਜੀ ਮੰਜ਼ਲ 'ਤੇ ਕੰਟੀਨ, ਪੱਬ, ਕਾਮਿਆਂ ਦਾ ਰੈਸਟੋਰੈਂਟ ਰੂਮ, ਰੈਸਟ ਰੂਮ ਵੀ ਉੱਥੇ ਹੀ। ਵੱਡੇ ਵੱਡੇ ਕੁੱਕਰਾਂ ਵਾਲੀਆਂ ਰਸੋਈਆਂ ਵੀ, ਜਿੱਥੇ ਕਾਮੇ ਘਰੋਂ ਲਿਆਂਦਾ ਖਾਣਾ ਗਰਮ ਕਰਕੇ ਖਾਂਦੇ। ਚਾਰ ਵੱਡੇ ਹਾਲ ਕਮਰੇ ਸਨ ਜਿਹੜੇ ਰੈਸਟ ਰੂਮ ਕਹਿਲਾਉਂਦੇ ਸੀ। ਹਰ ਹਾਲ ਕਮਰੇ ਨਾਲ ਰਸੋਈ। ਇਹਨਾਂ ਰਸੋਈਆਂ ਦੇ ਵਿੱਚ ਲੋਕ ਰਲ ਕੇ ਵੀ ਖਾਣਾ ਬਣਾ ਲੈਂਦੇ ਅਤੇ ਆਮ ਤੌਰ 'ਤੇ ਦੇਸੀ ਬੰਦੇ ਹਿੱਸਾ ਪਾ ਕੇ ਮੀਟ ਰਿੰਨ ਵੀ ਲਿਆ ਕਰਦੇ। ਇਹਨਾਂ ਹਾਲ ਕਮਰਿਆਂ ਦੇ ਵਿੱਚ ਯੂਨੀਅਨ ਮੀਟਿੰਗਾਂ ਵੀ ਕਰਾਈਆਂ ਜਾਂਦੀਆਂ। ਵੈਸੇ ਯੂਨੀਅਨ ਦਾ ਦਫ਼ਤਰ ਚੌਥੀ ਮੰਜ਼ਲ 'ਤੇ ਹੁੰਦਾ ਸੀ। 5000 ਤੋਂ ਵੱਧ ਕਰਮਚਾਰੀ ਕੰਮ ਕਰਦੇ ਰੋਇਲ ਡੀਨ ਦੇ ਵਿੱਚ। 24 ਘੰਟੇ ਸੱਤੋ ਦਿਨ 12 ਮਹੀਨੇ ਇੱਥੇ ਕੰਮ ਚੱਲਦਾ ਰਹਿੰਦਾ। ਇਸ ਦੀਆਂ ਬੱਤੀਆਂ ਕਦੇ ਬੰਦ ਹੀ ਨਹੀਂ ਸੀ ਹੋਈਆਂ। ਕਰਮਚਾਰੀਆਂ ਦੀਆਂ ਸ਼ਿਫਟਾਂ ਅਜਿਹੀਆਂ ਕਿ ਹਰ ਵੇਲੇ ਕੰਮ ਚੱਲਦਾ ਹੀ ਰਹਿੰਦਾ। ਬਰਤਾਨੀਆ ਦੇ ਵਿੱਚ ਡਾਕਖਾਨੇ ਦੇ ਕੰਮ ਨੂੰ ਵਾਹਵਾ ਪਸੰਦ ਵੀ ਕੀਤਾ ਜਾਂਦਾ ਸੀ, ਖਾਸ ਤੌਰ ਦੇ ਉੱਤੇ ਬਾਹਰਲੇ ਮੁਲਕਾਂ ਤੋਂ ਆਏ ਲੋਕ ਇੱਥੇ ਕੰਮ ਕਰਕੇ ਬਹੁਤ ਖੁਸ਼ ਹੁੰਦੇ ਸੀ। ਇੱਕ ਤਾਂ ਤਨਖਾਹ ਫੈਕਟਰੀਆਂ ਦੇ ਮੁਕਾਬਲੇ ਵਧੀਆ ਅਤੇ ਦੂਜੇ ਓਵਰ ਟਾਈਮ ਵੀ ਬਹੁਤ ਮਿਲਦਾ। ਰੋਇਲ ਡੀਨ ਦੀ ਬਾਕੀ ਦੇ ਡਾਕਖਾਨਿਆਂ ਨਾਲੋਂ ਵੱਖਰਤਾ ਇਹ ਵੀ ਸੀ ਕਿ ਇੱਥੇ ਡਾਕ ਡਿਲੀਵਰੀ ਕਰਨ ਦਾ ਕੰਮ ਨਹੀਂ ਸੀ ਹੁੰਦਾ। ਸਾਡੇ ਲੋਕ ਡਾਕ ਵੰਡਣ ਤੋਂ ਬਹੁਤ ਝਿਜਕਦੇ ਸਨ। ਨਸਲੀ ਹਮਲਿਆਂ ਦਾ ਡਰ ਵੀ ਹਰ ਵੇਲੇ ਬਣਿਆ ਰਹਿੰਦਾ। ਲੰਡਨ ਦੇ ਵਿੱਚ ਅਜਿਹੇ ਹੋਰ ਵੀ ਸੋਰਟਿੰਗ ਆਫਿਸ ਹਨ, ਪਰ ਇਸ ਤੋਂ ਛੋਟੇ। ਉਹਨਾਂ ਦੇ ਵਿੱਚ ਸਿਰਫ ਲੰਡਨ ਦੀ ਡਾਕ ਹੀ ਸੰਭਾਲੀ ਜਾਂਦੀ ਲੋਕਲ। ਅਜਿਹੇ ਇੱਕ ਸੋਰਟਿੰਗ ਆਫਿਸ ਦੇ ਵਿੱਚ ਅਰਜਨ ਸਿੰਘ ਦਾ ਵਾਕਫ ਸੀ ਮੇਜਰ ਸਿੰਘ ਕੰਮ ਕਰਦਾ, ਜਿਸਨੇ ਬਾਅਦ ਦੇ ਵਿੱਚ ਰੋਇਲ ਡੀਨ ਦੇ ਵਿੱਚ ਹੀ ਤਬਾਦਲਾ ਜਿਹੜਾ ਕਰਵਾ ਲਿਆ। ਦੂਜੇ ਸੋਰਟਿੰਗ ਆਫਿਸਾਂ ਦੇ ਵਿੱਚ ਰੋਇਲ ਡੀਨ ਵਾਲੀਆਂ ਸਹੂਲਤਾਂ ਨਹੀਂ ਮਿਲਦੀਆਂ ਸੀ। ਪਹਿਲੀਆਂ ਦੇ ਵਿੱਚ ਸੁਰਜਨ ਇੱਕ ਰਬੜ ਫੈਕਟਰੀ 'ਚ ਕੰਮ ਕਰਦਾ ਸੀ ਅਤੇ ਬਾਰਕਿੰਗ ਦੇ ਵਿੱਚ ਸਥਿਤ ਇਸ ਫੈਕਟਰੀ 'ਚ ਭਾਰ ਤੋਂ ਆਏ ਨਵੇਂ ਬੰਦੇ ਜਾਂ ਲੱਗਦੇ ਸਨ। ਤਨਖਾਹ ਵੀ ਸਾਵੀ ਹੀ ਹੁੰਦੀ ਸੀ ਉੱਥੇ, ਕੰਮ ਵੀ ਗੰਦਾ ਪਰ ਵਿਹਲੇ ਰਹਿਣ ਦੇ ਨਾਲੋਂ ਠੀਕ ਸਮਝਿਆ ਜਾਂਦਾ। ਸੁਰਜਨ ਨੇ ਵੀ ਇੱਥੇ ਕੰਮ ਸ਼ੁਰੂ ਕਰਕੇ ਹੋਰ ਕੰਮਾਂ ਦੀ ਭਾਲ ਜਾਰੀ ਰੱਖੀ। ਉਸ ਦੇ ਨਾਲ ਹੀ ਰਬੜ ਫੈਕਟਰੀ ਦੇ ਵਿੱਚ ਕੰਮ ਕਰਦਾ ਜੈਦੇਵ ਚੋਪੜਾ ਸੋਸ਼ਲ ਸਿਕਿਉਰਿਟੀ ਦੇ ਵਿੱਚ ਕਲਰਕ ਜਾ ਲੱਗਿਆ। ਉੱਥੇ ਕਲਰਕ ਦੀ ਤਨਖਾਹ ਵੀ ਘੱਟ ਸੀ ਅਤੇ ਓਵਰ ਟਾਈਮ ਵੀ ਨਹੀਂ ਸੀ ਮਿਲਦਾ। ਓਵਰ ਟਾਈਮ ਹੀ ਤਾਂ ਅਜਿਹਾ ਲਾਲਚ ਸੀ ਕਿ ਸਾਡੇ ਲੋਕ ਭਾਰੇ ਤੋਂ ਭਾਰਾ ਕੰਮ ਵੀ ਕਰਨ ਦੇ ਲਈ ਤਿਆਰ ਬਾਰ ਤਿਆਰ ਹੋ ਜਾਂਦੇ ਸਨ। ਜੈਦੇਵ ਚੋਪੜਾ ਭਾਰੀ ਕੰਮ ਕਰਨ ਤੋਂ ਡਰਦਾ ਰਹਿੰਦਾ। ਇਸ ਦੇ ਲਈ ਉਸਨੇ ਥੋੜ੍ਹੀ ਤਨਖਾਹ ਵਾਲੀ ਦਫ਼ਤਰੀ ਨੌਕਰੀ ਹੀ ਮਨਜ਼ੂਰ ਕਰ ਲਈ। ਇਹਨਾਂ ਦਿਨਾਂ ਦੇ ਵਿੱਚ ਹੀ ਸੁਰਜਨ ਨੂੰ ਰੋਇਲ ਡੀਨ ਦੇ ਵਿੱਚ ਨੌਕਰੀ ਦਾ ਪਤਾ ਚੱਲਿਆ ਸੀ। ਉਸਨੇ ਇੱਕਦਮ ਫਾਰਮ ਮੰਗਾਏ ਅਤੇ ਭਰ ਕੇ ਭੇਜ ਦਿੱਤੇ।
ਦੋ ਕੁ ਹਫ਼ਤੇ ਵਿੱਚ ਹੀ ਉਸਨੂੰ ਸੱਦਾ ਆ ਚੁੱਕਿਆ ਸੀ, ਸੱਦ ਲਿਆ ਗਿਆ, ਆ ਕੇ ਟੈਸਟ ਦਿਓ। ਸਧਾਰਨ ਜਿਹੀ ਜਾਣਕਾਰੀ ਵਾਲਾ ਟੈਸਟ ਸੀ ਜੋ ਉਸਨੇ ਸਹਿਜੇ ਹੀ ਪਾਸ ਕੀਤਾ। ਇਵੇਂ ਹੀ ਹਲਕੀ ਜਿਹੀ ਇੰਟਰਵਿਊ ਹੋਈ ਅਤੇ ਉਹਨਾਂ ਦੇ ਅੰਦਰ ਹੀ ਅੰਦਰ ਸੁਰਜਨ ਨੂੰ ਮਹੀਨੇ ਦੇ ਅੰਦਰ ਹੀ ਅੰਦਰ ਦਿਨਾਂ ਦੇ ਵਿੱਚ ਰੋਇਲ ਡੀਨ ਦੇ ਵਿੱਚ ਕੰਮ ਮਿਲ ਗਿਆ। ਪਹਿਲਾਂ ਦੋ ਹਫ਼ਤੇ ਦੀ ਟ੍ਰੇਨਿੰਗ ਹੋਣੀ ਸੀ, ਫਿਰ ਕੰਮ ਸ਼ੁਰੂ ਹੋ ਜਾਣਾ ਸੀ। ਸੁਰਜਨ ਨੂੰ ਰੋਇਲ ਡੀਨ ਦੇ ਵਿੱਚ ਕੰਮ ਮਿਲਣ ਦੀ ਦੇਰ ਸੀ ਕਿ ਉਸਨੇ ਆਪਣੇ ਸਾਰੇ ਵਾਕਫ ਅਤੇ ਦੋਸਤ ਉੱਥੇ ਖਿੱਚਣੇ ਸ਼ੁਰੂ ਕਰਤੇ। ਹੌਲੀ ਹੌਲੀ ਅਰਜਨ ਸਿੰਘ, ਗੁਰਨਾਮ, ਚਮਨ ਲਾਲ ਸਾਰੇ ਰੋਇਲ ਡੀਨ ਦੇ ਵਿੱਚ ਆ ਗਏ। ਕਿੰਗਸ ਕ੍ਰੋਸ ਸਟੇਸ਼ਨ ਦੇ ਸਾਹਮਣੇ ਡਾਕਖਾਨੇ ਵਾਲਿਆਂ ਦਾ ਟ੍ਰੇਨਿੰਗ ਸੈਂਟਰ ਸੀ। ਦੋ ਹਫ਼ਤਿਆਂ ਦੇ ਵਿੱਚ ਸੁਰਜਨ ਨੂੰ ਡਾਕ ਵਾਲਾ ਬੈਗ ਖੋਲ੍ਹਣ ਤੋਂ ਲੈ ਕੇ ਡਾਕ ਛਾਂਟਣ, ਮੋਹਰਾਂ ਲਾਉਣ ਅਤੇ ਡਾਕ ਨੂੰ ਮੁੜ ਕੇ ਡਿਸਪੈਚ ਕਰਨ ਤੱਕ ਦੀ ਟ੍ਰੇਨਿੰਗ ਦੇ ਦੇਣੀ ਸੀ। ਚਿੱਠੀਆਂ ਛਾਂਟਣ ਦੇ ਲਈ ਫਰੇਮ ਦੇ 48 ਖਾਨੇ ਸਨ ਅਤੇ ਵੱਡਿਆਂ ਸ਼ਹਿਰਾਂ ਦੇ ਅਲੱਗ ਫਰੇਮ, ਛੋਟੇ ਸ਼ਹਿਰਾਂ ਦੇ ਇਕੱਠੇ। 1500 ਕਾਰਡਾਂ ਉੱਪਰ ਸਿਖਲਾਈ ਕਰਨੀ ਸੀ ਅਤੇ ਇਹ 1500 ਕਾਰਡ 15 ਮਿੰਟਾਂ ਦੇ ਵਿੱਚ ਪਾਉਣੇ ਹੁੰਦੇ ਸਨ। ਵੇਲਜ਼ ਅਤੇ ਸਕੋਟਲੈਂਡ ਦੇ ਪਿੰਡਾਂ ਦੇ ਨਾਂ ਬਹੁਤ ਔਖੇ ਸੀ, ਜੋ ਕਿ ਸਹਿਜੇ ਕਿਤੇ ਯਾਦ ਨਹੀਂ ਸੀ ਹੁੰਦੇ। ਸੁਰਜਨ ਨੇ ਇਹ ਟੈਸਟ ਆਸਾਨੀ ਦੇ ਨਾਲ ਪਾਸ ਕਰ ਲਿਆ। ਉਸਨੇ ਇੱਕ ਵਾਰ ਸਾਰਾ ਕੰਮ ਹੱਥੀਂ ਕੱਢ ਲਿਆ। ਕਿੱਧਰੇ ਵੀ ਕੋਈ ਵੱਡੀ ਮੁਸ਼ਕਲ ਨਾ ਆਈ ਅਤੇ ਉਸਦੇ ਬੈਚ ਦੇ ਵਿੱਚ ਕੁੱਲ 15 ਬੰਦੇ ਕੰਮ ਕਰਦੇ। ਇੱਕ ਕਾਲਾ ਸੀ, ਵੈਸਟ ਇੰਡੀਅਨ, ਦੋ ਅਫੈਰੀਕਨ ਮੁੰਡੇ ਸਨ, ਇੱਕ ਗੁਜਰਾਤੀ ਕਾਮਤੀ ਪਟੇਲ, ਇੱਕ ਪਾਕਿਸਤਾਨੀ ਪੰਜਾਬੀ ਮੁੰਡਾ ਸੀ ਅਬਦੁੱਲਾ, ਇੱਕ ਇਲਫੋਰਡ ਰਹਿੰਦਾ ਸੋਹਣ ਸਿੰਘ ਸੀ ਅਤੇ ਇਵੇਂ ਹੀ ਵੋਲਿਚ ਤੋਂ ਕੁਲਤਾਰ, ਬਾਕੀ ਸਭ ਗੋਰੇ। ਪੱਗ ਵਾਲਾ ਸਿੰਘ ਉਹ ਇਕੱਲਾ ਹੀ ਉੱਥੇ ਸੀ। ਟ੍ਰੇਨਿੰਗ ਤੋਂ ਬਾਅਦ ਰੋਇਲ ਡੀਨ ਆ ਕੇ ਉਹਨਾਂ ਨੂੰ ਗ੍ਰੇ ਰੰਗ ਦਾ ਇੱਕ ਓਵਰਆਲ ਦੇ ਦਿੱਤਾ ਗਿਆ ਸੀ। ਖੱਬੀਆਂ ਬਾਹਾਂ ਉੱਪਰ ਆਰਜੀ ਜਿਹਾ ਬੈਜ ਬੰਨ ਦਿੱਤਾ ਗਿਆ ਅਤੇ ਅਗਲੀ ਸਿਖਲਾਈ ਸ਼ੁਰੂ ਹੋ ਗਈ। ਉਹਨਾਂ ਨੂੰ ਵੱਖ ਵੱਖ ਡਿਵੀਜ਼ਨਾਂ ਵਿੱਚ ਪੁਰਾਣੇ ਕਰਮਚਾਰੀਆਂ ਦੇ ਨਾਲ ਲਗਾ ਦਿੱਤਾ ਗਿਆ। ਸੁਰਜਨ ਦੀ ਪਹਿਲੇ ਦਿਨ ਦੀ ਡਿਊਟੀ ਨੌਰਥ ਪਲੇਟਫਾਰਮ ਦੇ ਉੱਤੇ ਲੱਗੀ, ਜਿੱਥੇ ਡਾਕ ਦੇ ਭਰੇ ਬੈਗ ਉਤਰਦੇ। ਕੰਮ ਕੋਈ ਮੁਸ਼ਕਲ ਨਹੀਂ, ਸੁਰਜਨ ਦੀ ਪਕੜ ਦੇ ਵਿੱਚ ਆਸਾਨੀ ਦੇ ਨਾਲ ਆ ਰਿਹਾ ਸੀ। ਸਭ ਤੋਂ ਮੁਸ਼ਕਲ ਕੰਮ ਉਸਨੂੰ RLD ਭਾਵ ਰਜਿਸਟਰਡ ਲੈਟਰ ਡਿਪਾਰਟਮੈਂਟ ਦਾ ਲੱਗਿਆ ਸੀ। ਰਜਿਸਟਰ ਹੋਈਆਂ ਚਿੱਠੀਆਂ ਨੂੰ ਬਹੁਤ ਹੀ ਧਿਆਨ ਦੇ ਨਾਲ ਹੈਂਡਲ ਕੀਤਾ ਜਾਂਦਾ। ਨਿੱਕੀ ਜਿਹੀ ਗਲਤੀ ਦਾ ਮਤਲਬ ਸੀ ਕਿ ਨੌਕਰੀ ਵੀ ਜਾ ਸਕਦੀ ਹੈ। ਕੰਮ ਵੀ ਕਾਹਲੀ ਕਰਨਾ ਪੈਂਦਾ ਉੱਥੇ। ਇੱਥੇ ਕੰਮ ਕਰਨ ਦੇ ਲਈ ਵਿਸ਼ੇਸ਼ ਅਰਜ਼ੀ ਭਰਨੀ ਪੈਂਦੀ, ਪਰ ਸੁਰਜਨ ਨੂੰ ਇਸ ਵਿਭਾਗ ਦੇ ਵਿੱਚ ਕੰਮ ਕਰਨਾ ਪਸੰਦ ਨਾ ਆਇਆ। ਦੋ ਕੁ ਹਫ਼ਤਿਆਂ ਦੇ ਵਿੱਚ ਹੀ ਉਸਨੂੰ ਸ਼ਿਫਟ ਦੀ ਜਿਹੜਾ ਸ਼ੈਡਿਊਲ ਮਿਲ ਗਈ ਅਤੇ ਜਿਹੜੀ ਸ਼ਿਫਟ ਉਹ ਚਾਹੁੰਦਾ ਸੀ ਭਰ ਸਕਦਾ ਸੀ, ਪਰ ਮਿਲਣੀ ਸੀਨੀਓਰਟੀ ਦੇ ਹਿਸਾਬ ਦੇ ਨਾਲ ਹੀ ਸੀ। ਹਫ਼ਤੇ ਦੇ ਕੁੱਲ 43 ਘੰਟੇ ਪੂਰੇ ਕਰਨੇ ਪੈਣੇ ਸੀ। ਬਹੁਤੀਆਂ ਸ਼ਿਫਟਾਂ ਦੇ ਨਾਲ ਸ਼ਨਿੱਚਰਵਾਰ ਵੀ ਪੈਂਦਾ। ਜੇਕਰ ਐਤਵਾਰ ਦੀ ਡਿਊਟੀ ਲੈਣੀ ਚਾਹੋ ਤਾਂ ਮਿਲ ਸਕਦੀ ਸੀ। ਇੱਕ ਐਤਵਾਰ ਛੱਡ ਕੇ 6 ਘੰਟੇ ਲਾਉਣੇ ਪੈਣੇ ਹੀ ਸਨ। ਜੇ ਰਾਤਾਂ 'ਤੇ ਹੋਵੋ ਤਾਂ ਹਰ ਤੀਜਾ ਐਤਵਾਰ ਲਗਾਉਣਾ ਹੁੰਦਾ। ਰਾਤਾਂ ਦੀ ਸ਼ਿਫਟ ਦਾ ਘੰਟੇ ਦੇ ਰੇਟ ਦਾ ਤੀਜਾ ਹਿੱਸਾ ਨਾਈਟ ਅਲਾਉਂਸ ਵਜੋਂ ਵੀ ਮਿਲਦਾ। ਨਾਲ ਵੀਕਐਂਡ ਦੇ ਓਵਰ ਟਾਈਮ ਦੇ ਡਬਲ ਪੈਸੇ ਹੁੰਦੇ।
ਦਿਨ ਦੇ ਓਵਰ ਟਾਈਮ ਦੇ ਪਹਿਲੇ 12 ਘੰਟੇ ਦੇ ਦਾ ਜਿਹੜਾ ਡੇਢ ਰੇਟ ਹੁੰਦਾ ਅਤੇ ਫਿਰ ਡਬਲ ਹੋ ਜਾਂਦਾ। ਸੁਰਜਨ ਨੇ ਪੁਰਾਣੇ ਕਾਮਿਆਂ ਤੋਂ ਪੁੱਛ ਪੁਛਾ ਕੇ ਸ਼ਡਿਊਲ ਦੇ ਵਿੱਚ ਸ਼ਿਫਟ ਭਰ ਦਿੱਤੀ। ਇਹ ਸ਼ਿਫਟ ਇੱਕ ਦਿਨ 7 ਵਜੇ ਸ਼ੁਰੂ ਹੁੰਦੀ ਸੀ ਅਤੇ ਦੂਜੇ ਦਿਨ 11 ਵਜੇ। ਜਿਸ ਦਿਨ ਜਲਦੀ ਸ਼ਿਫਟ ਸ਼ੁਰੂ ਹੋਣੀ ਹੁੰਦੀ ਤਾਂ ਇਸਦੇ ਅਖੀਰ ਦੇ ਵਿੱਚ 4 ਘੰਟੇ ਦਾ ਓਵਰ ਟਾਈਮ ਹੁੰਦਾ ਅਤੇ ਜਿਸ ਦਿਨ ਲੇਟ ਸ਼ੁਰੂ ਹੋਣੀ ਹੁੰਦੀ ਤਾਂ ਇਹਦੇ ਸ਼ੁਰੂ ਦੇ ਵਿੱਚ 4 ਘੰਟੇ ਲੱਗ ਜਾਂਦੇ। ਸ਼ਨਿੱਚਰਵਾਰ ਵਾਲੇ ਦਿਨ ਵੀ ਓਵਰ ਟਾਈਮ ਮਿਲ ਜਾਂਦਾ। ਓਵਰ ਟਾਈਮ ਦੀ ਹੀ ਸਾਰੀ ਖੇਡ ਹੁੰਦੀ ਸੀ। ਇਸ ਸ਼ਿਫਟ ਦੇ ਵਿੱਚ ਓਵਰ ਟਾਈਮ ਜ਼ਿਆਦਾ ਹੋਣ ਕਰਕੇ ਦੇਸੀ ਲੋਕ ਜਿਹੜੇ ਸਨ ਇਸ ਨੂੰ ਹੀ ਕਰਕੇ ਖੁਸ਼ ਸੀ। ਇਸ ਦੇ ਲਈ ਗੋਰੇ ਇਸ ਨੂੰ ਮਜ਼ਾਕ ਦੇ ਵਿੱਚ ਇੰਡੋ ਪਾਕ ਸ਼ਿਫਟ ਆਖਿਆ ਕਰਦੇ। ਪਹਿਲੇ ਦਿਨਾਂ ਦੇ ਵਿੱਚ ਹੀ ਸੁਰਜਨ ਦਾ ਦੇਸੀ ਬੰਦਿਆਂ ਦੇ ਨਾਲ ਡੈਰਕ ਨਾਂ ਦੇ ਗੋਰੇ ਦੇ ਨਾਲ ਵੀ ਬੈਠਣਾ ਉੱਠਣਾ ਹੋਣਾ ਸ਼ੁਰੂ ਹੋ ਗਿਆ। ਸਿਖਲਾਈ ਦੇ ਦੌਰਾਨ ਡੈਰਕ ਨੇ ਉਸਨੇ ਸਕੋਟਿਸ਼ ਡਿਵੀਜ਼ਨ ਦੇ ਵਿੱਚ ਡਿਸਪੈਚਿੰਗ ਸਿਖਾਈ ਸੀ ਉਹਨੂੰ, ਫਿਰ ਕੰਮ ਦੀ ਡਿਊਟੀ ਵੀ ਉਸੇ ਦੇ ਨਾਲ ਹੀ ਪੈ ਗਈ। ਇਸ ਨੌਕਰੀ ਦੇ ਵਿੱਚ ਪੂਰਾ ਦਿਨ ਇੱਕੋ ਥਾਵੇਂ ਕੰਮ ਨਹੀਂ ਸੀ ਕੀਤਾ ਜਾਂਦਾ। ਘੰਟਾ ਡੇਢ ਘੰਟਾ ਇੱਕ ਜਗ੍ਹਾ, ਇੰਨਾ ਕੁ ਹੀ ਅਗਲੇ ਜਗ੍ਹਾ, ਇਵੇਂ ਹੀ ਡੈਰਕ ਦੇ ਨਾਲ ਉਸਦੀ ਡਿਊਟੀ ਰੋਜ਼ ਹੀ ਰਲ ਜਾਂਦੀ ਸੀ। ਉਹਨਾਂ ਦੀ ਚਾਹ ਦੀ ਬਰੇਕ ਅਤੇ ਖਾਣੇ ਦੀ ਛੁੱਟੀ ਵੀ ਇਕੱਠਿਆਂ ਹੀ ਹੁੰਦੀ ਸੀ। ਡੈਰਕ ਸੱਟਾ ਬਾਜ਼ਾਰ ਦੇ ਵਿੱਚ ਡੂੰਘੀ ਸਮਝ ਰੱਖਦਾ ਸੀ। ਫਾਈਨੈਂਸ਼ੀਅਲ ਟਾਈਮਸ ਉਹ ਹਰ ਵੇਲੇ ਜੇਬ ਦੇ ਵਿੱਚ ਰੱਖਦਾ। ਉਹ ਸ਼ੇਅਰ ਖਰੀਦਦਾ ਅਤੇ ਵੇਚਦਾ ਰਹਿੰਦਾ। ਸੁਰਜਨ ਨੂੰ ਵੀ ਸ਼ੇਅਰ ਖਰੀਦਣ ਦੀ ਸਲਾਹ ਦਿੰਦਾ ਰਹਿੰਦਾ ਉਹ। ਸੁਰਜਨ ਨੂੰ ਇਸ ਧੰਦੇ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹ ਤਾਂ ਇੱਕ ਪੈਨੀ ਦਾ ਵੀ ਰਿਸਕ ਨਹੀਂ ਸੀ ਲੈਣਾ ਚਾਹੁੰਦਾ ਹੁੰਦਾ। ਉਹ ਡੈਰਕ ਦੇ ਨਾਲ ਵਾਲ ਸਟਰੀਟ ਵੱਲ ਨਿਕਲ ਜਾਂਦਾ। ਵਾਲ ਸਟਰੀਟ ਸੱਟਾ ਬਾਜ਼ਾਰ ਦੀ ਦੁਨੀਆ ਦਾ ਸਭ ਤੋਂ ਵੱਡਾ ਅੱਡਾ। ਸੁਰਜਨ ਨੂੰ ਹੁਣ ਤੱਕ ਲੰਡਨ ਘੁੰਮਣ ਅਤੇ ਦੇਖਣ ਘੋਖਣ ਦਾ ਸ਼ੌਂਕ ਪੈਦਾ ਹੋ ਚੁੱਕਿਆ ਸੀ। ਉਹ ਇਤਿਹਾਸਕ ਥਾਵਾਂ ਨੂੰ ਵਾਰ ਵਾਰ ਦੇਖਣ ਜਾਇਆ ਕਰਦਾ, ਉਹਨਾਂ ਬਾਰੇ ਕਿਤਾਬਾਂ ਖਰੀਦ ਕੇ ਪੜ੍ਹਦਾ। ਡੈਰਕ ਤਾਂ ਜਨਮ ਤੋਂ ਹੀ ਲੰਡਨ ਦਾ ਵਾਸੀ ਹੋ ਗਿਆ। ਉਹ ਲੰਡਨ ਦੀਆਂ ਪ੍ਰਮੁੱਖ ਜਗ੍ਹਾਵਾਂ ਬਾਰੇ ਮਸਾਲੇ ਲਾ ਲਾ ਕੇ ਕਹਾਣੀਆਂ ਸੁਣਾਇਆ ਕਰਦਾ ਸੀ। ਸ਼ੇਅਰ ਐਕਸਚੇਂਜ ਦੇ ਵਿੱਚ 17ਵੀਂ ਸਦੀ ਦੇ ਵਿੱਚ ਲੱਗੀ ਅੱਗ ਬਾਰੇ ਗੱਲ ਕਰਦਾ ਤਾਂ ਦ੍ਰਿਸ਼ ਇਵੇਂ ਖਿੱਚਦਾ ਕਿ ਅੱਖਾਂ ਸਾਹਮਣੇ ਸਭ ਕੁਝ ਖੜ੍ਹਾ ਕਰ ਦਿੰਦਾ। ਇਹ ਅੱਗ ਕਈ ਦਿਨ ਲੱਗੀ ਰਹੀ ਸੀ ਅਤੇ ਅਰਬਾਂ ਪੌਂਡਾਂ ਦਾ ਨੁਕਸਾਨ ਕਰ ਗਈ ਸੀ। ਮਰਨ ਵਾਲਿਆਂ ਦੀ ਯਾਦ ਦੇ ਵਿੱਚ ਮੋਨੂਮੈਂਟ ਵੀ ਬਣਾਇਆ ਹੋਇਆ। ਪਿੱਛੇ ਜਿਹੇ ਹੋਏ ਕਰੇ ਭਰਾਵਾਂ ਦੇ ਦਿਲ ਹਿਲਾਊ ਮੁਰਜਮਾਨਾ ਕਾਰਨਾਮੇ ਤਾਂ ਸਭ ਦੀ ਜ਼ੁਬਾਨ ਦੇ ਉੱਤੇ ਸੀ। ਈਸਟ ਲੰਡਨ ਦੀ ਲੰਡਨ ਹੀ ਕਰੇ ਭਰਾਵਾਂ ਦੀਆਂ ਕਾਰਵਾਈਆਂ ਦਾ ਮੁੱਖ ਅੱਡਾ ਹੁੰਦਾ। ਇਹੋ ਇਲਾਕੇ ਡੈਰਕ ਦਾ ਵੀ ਸੀ। ਡੈਰਕ ਉਹਨਾਂ ਦੇ ਨੇੜੇ ਰਿਹਾ ਹੋਣ ਦੇ ਕਰਕੇ ਉਹਨਾਂ ਦੀਆਂ ਕਿੰਨੀਆਂ ਹੀ ਕਹਾਣੀਆਂ ਸੁਣਾਉਂਦਾ ਉਹਨੂੰ। ਦੂਜੇ ਮਹਾਂਯੁੱਧ ਸਮੇਂ ਦੀਆਂ ਵੀ ਉਸਦੇ ਕੋਲ ਅਣਗਿਣਤ ਕਹਾਣੀਆਂ ਹੁੰਦੀਆਂ। ਉਹ ਸਨ ਅਖਬਾਰ ਦੀਆਂ ਦਿਲਚਸਪ ਖਬਰਾਂ ਪੜ੍ਹ ਪੜ੍ਹ ਕੇ ਉਹਨਾਂ ਬਾਰੇ ਗੱਲਾਂ ਕਰ ਕਰਕੇ ਖੁਸ਼ ਰਹਿੰਦਾ। ਡੈਰਕ ਫੁੱਟਬਾਲ ਦਾ ਵੀ ਬਹੁਤ ਸ਼ੌਕੀਨ ਸੀ। ਫੁੱਟਬਾਲ ਦਾ ਤਾਂ ਸਾਰਾ ਇੰਗਲੈਂਡ ਹੀ ਸ਼ੁਦਾਈ ਹੈ। ਜਿਨ੍ਹਾਂ ਦਿਨਾਂ ਦੇ ਵਿੱਚ ਵਰਲਡ ਕੱਪ ਚੱਲ ਰਿਹਾ ਹੁੰਦਾ ਤਾਂ ਸਾਰਾ ਇੰਗਲੈਂਡ ਹੀ ਪੱਬਾਂ ਭਾਰ ਹੋਇਆ ਰਹਿੰਦਾ। ਜਦ ਇੰਗਲੈਂਡ ਵਰਲਡ ਕੱਪ ਜਿੱਤਿਆ ਤਾਂ ਅੰਗਰੇਜ਼ਾਂ ਨੂੰ ਕਿਸੇ ਮਹਾਂਯੁੱਧ ਜਿੱਤਣ ਜਿੰਨੀ ਹੀ ਖੁਸ਼ੀ ਹੋਈ ਸੀ। ਵਿਸ਼ੇਸ਼ ਗੱਲ ਇਸ ਮੈਚ ਦੀ ਇਹ ਸੀ ਕਿ ਇੰਗਲੈਂਡ ਨੇ ਆਪਣੇ ਇਤਿਹਾਸਕ ਦੁਸ਼ਮਣ ਜਰਮਨੀ ਦੇ ਖਿਲਾਫ਼ ਇਹ ਮੈਚ ਜਿੱਤਿਆ ਸੀ। ਸੁਰਜਨ ਨੂੰ ਡੈਰਕ ਦੇ ਨਾਲ ਬੈਠਣ ਦਾ ਇਹ ਫਾਇਦਾ ਹੁੰਦਾ ਕਿ ਉਹ ਲੰਡਨ ਬਾਰੇ ਅਜਿਹੀਆਂ ਗੱਲਾਂ ਜਾਣ ਸਕਦਾ ਸੀ
ਜਿਹੜੀਆਂ ਕਿਤਾਬਾਂ ਦੇ ਵਿੱਚ ਨਹੀਂ ਸੀ ਮਿਲਦੀਆਂ। ਇੱਕ ਦਿਨ ਸੁਰਜਨ ਫਰੇਮ ਸਾਹਮਣੇ ਬੈਠਾ ਚਿੱਠੀਆਂ ਛਾਂਟ ਰਿਹਾ। ਵੱਡੇ ਸਾਰੇ ਢਿੱਡ ਵਾਲਾ ਇੱਕ ਬੰਦਾ ਉਸਦੇ ਨਾਲ ਦੇ ਫਰੇਮ 'ਤੇ ਆ ਕੇ ਚਿੱਠੀਆਂ ਛਾਟਣ ਲੱਗ ਗਿਆ। ਚਿੱਠੀਆਂ ਛਾਂਟਦਾ ਛਾਂਟਦਾ ਉਹ ਮੁੜ ਮੁੜ ਕੇ ਸੁਰਜਨ ਵੱਲ ਜਿਹੜਾ ਅਪਣੱਤ ਭਰੀ ਨਜ਼ਰ ਦੇ ਨਾਲ ਦੇਖਣ ਲੱਗਦਾ। ਸੁਰਜਨ ਨੂੰ ਪਤਾ ਲੱਗਦਾ ਤਾਂ ਉਹ ਵੀ ਮੁਸਕਰਾ ਦਿੰਦਾ। ਕੁਝ ਦੇਰ ਬਾਅਦ ਉਹ ਬੰਦਾ ਪੁੱਛਣ ਲੱਗਿਆ, ਤੁਸੀਂ ਸੁਰਜਨ ਸਿੰਘ ਚਾਹਲ ਹੋ ਜੀ? ਜੀ ਹਾਂ, ਪਰ ਮੈਂ ਤੁਹਾਨੂੰ ਨਹੀਂ ਪਛਾਣਿਆ, ਤੁਸੀਂ ਕੌਣ? ਤੁਸੀਂ ਮੈਨੂੰ ਨਹੀਂ ਜਾਣਦੇ ਜੀ, ਮੇਰਾ ਨਾਂ ਵੇਦ ਪ੍ਰਕਾਸ਼ ਹੈ, ਕਲੇਰਾਂ ਤੋਂ ਮੈਂ। ਉਹ ਆਏ ਸੀ, ਮੈਂ ਤੁਹਾਨੂੰ ਜਾਣਦਾ, ਜਦ ਤੁਹਾਡਾ ਵਿਆਹ ਹੋਇਆ ਤਾਂ ਮੈਂ ਪਿੰਡ ਹੀ ਸੀ। ਤੁਹਾਡੇ ਵਿਆਹ ਦੀ ਸਾਡੇ ਪਿੰਡ ਦੇ ਵਿੱਚ ਹੀ ਨਹੀਂ ਪੂਰੇ ਇਲਾਕੇ ਦੇ ਵਿੱਚ ਹੀ ਚਰਚਾ ਸੀ। ਤੁਸੀਂ ਦਾਜ ਨਾ ਲੈ ਕੇ ਇੱਕ ਜਿਹੜਾ ਐਗਜ਼ੈਂਪਲ ਕਾਇਮ ਕੀਤੀ ਸੀ। ਸੁਰਜਨ ਜਰਾ ਕੁ ਮੁਸਕਰਾਇਆ ਅਤੇ ਮਨ ਹੀ ਮਨ ਸੋਚਣ ਲੱਗਿਆ ਕਿ ਚਲੋ, ਉਸਨੇ ਕੁਝ ਤਾਂ ਅਜਿਹਾ ਕੀਤਾ ਜੋ ਲੋਕਾਂ ਦੇ ਲਈ ਉਦਾਹਰਣ ਬਣਿਆ ਹੋਇਆ। ਫਿਰ ਵੇਦ ਪ੍ਰਕਾਸ਼ ਆਪਣੇ ਬਾਰੇ ਗੱਲਾਂ ਕਰਨ ਲੱਗ ਗਿਆ। ਉਹ ਇੰਗਲੈਂਡ ਆ ਕੇ ਸਿੱਧਾ ਹੀ ਰੋਇਲ ਡੀਨ ਦੇ ਵਿੱਚ ਆ ਗਿਆ ਸੀ। ਉਸਦੇ ਮਨ ਦੇ ਵਿੱਚ ਸੁਰਜਨ ਪ੍ਰਤੀ ਬਹੁਤ ਆਦਰ ਸੀ, ਮਾਣ ਸੀ। ਹੋਰਨਾਂ ਲੋਕਾਂ ਦੇ ਨਾਲ ਉਹ ਸੁਰਜਨ ਬਾਰੇ ਗੱਲਾਂ ਕਰਦਾ ਕਹਿਣ ਲੱਗਦਾ, ਸਾਡੇ ਪਿੰਡ ਹੀ ਵਿਆਹਿਆ ਏ, ਬਾਹਰੋਂ ਆਇਆ ਟੱਬਰ ਸੀ, ਕਈ ਪਿੰਡਾਂ ਦੇ ਵਿੱਚ ਜ਼ਮੀਨ ਸੀ ਉਹਨਾਂ ਦੀ, ਭਾਈ ਮੂੰਹੋਂ ਮੰਗਿਆ ਦਾਜ ਦਿੰਦੇ, ਪਰ ਇਸ ਬੰਦੇ ਦੇ ਪੁੱਤ ਨੇ ਇੱਕ ਪੈਸੇ ਦੀ ਵੀ ਕੋਈ ਚੀਜ਼ ਨਹੀਂ ਲਈ ਉਹਨਾਂ ਤੋਂ। ਕੋਈ ਸ਼ੱਕ ਕਰਦਾ ਕਹਿ ਦਿੰਦਾ, ਸ਼ਰਮਾ ਜੀ, ਗੁਪਤ ਦਾਨ ਲੈ ਲਿਆ ਹੋਊ, ਕਈ ਵਾਰ ਪਤਾ ਵੀ ਨਹੀਂ ਚੱਲਦਾ ਹੁੰਦਾ ਕਿ ਅਗਲਾ ਕਿਹੜੇ ਵੇਲੇ ਆਪਣਾ ਕੰਮ ਕਰ ਜਾਂਦਾ। ਉਹ ਨਹੀਂ ਬਈ, ਨਹੀਂ, ਇੱਦਾਂ ਦਾ ਬੰਦਾ ਨਹੀਂ ਹੈ, ਇੱਦਾਂ ਦਾ ਸਮਾਜ ਸੁਧਾਰ ਕਰਨ ਦੇ ਪ੍ਰਚਾਰਕ ਕਰਦੇ ਹੈ। ਇਹ ਤਾਂ ਸਕੂਲ ਟੀਚਰ ਹੀ ਸੀ, ਪਰ ਅਸੂਲਾਂ ਦਾ ਪੱਕਾ ਬੰਦਾ। ਰੋਇਲ ਡੀਨ ਸੁਰਜਨ ਨੂੰ ਸੂਤ ਬਹਿ ਗਿਆ, ਅਤੇ ਰੋਇਲ ਡੀਨ ਨੂੰ ਸੁਰਜਨ ਉਹ ਵਧੀਆ ਕਾਮਾਂ ਸੀ। ਚਿੱਠੀਆਂ ਛਾਂਟਣੀਆਂ ਹੋਣ, ਮੋਹਰਾਂ ਲਾਉਣੀਆਂ ਹੋਣ, ਬੈਗ ਤਿਆਰ ਕਰਨਾ ਹੋਵੇ, ਉਹ ਹਰ ਕੰਮ ਨੂੰ ਪੂਰੇ ਮਨ ਨਾਲ ਕਰਦਾ ਅਤੇ ਇਮਾਨਦਾਰੀ ਨਾਲ। ਕਈ ਲੋਕ ਆਨੇ ਬਹਾਨੇ ਕਰਦੇ, ਟੋਇਲਟ ਜਾਣ ਜਾਂ ਸਿਗਰਟ ਪੀਣ ਦੀ ਛੁੱਟੀ ਦੇ ਲਈ ਰੱਖਦੇ, ਪਰ ਉਹ ਬਿਨਾਂ ਕਿਸੇ ਗੱਲ ਦੇ ਸਮਾਂ ਖਰਾਬ ਨਾ ਕਰਦਾ, ਨਾ ਹੀ ਕਿਸੇ ਦੀ ਗੱਲ ਦੇ ਵਿੱਚ ਬਿਨਾਂ ਮਤਲਬ ਕੋਈ ਦਖਲ ਦਿੰਦਾ। ਜਿਹੋ ਜਿਹੀ ਢਾਣੀ ਵਿੱਚ ਬੈਠਾ ਹੋਵੇ ਉਹੋ ਜਿਹਾ ਹੋਣ ਦੀ ਕੋਸ਼ਿਸ਼ ਕਰਦਾ। ਆਪਣੀ ਬ੍ਰੇਕ ਦੇ ਵਿੱਚ ਬਹੁਤਾ ਸਮਾਂ ਉਹ ਅਖਬਾਰ ਪੜ੍ਹ ਕੇ ਲੰਘਾਉਂਦਾ। ਗਾਰਡੀਅਨ ਇੰਗਲੈਂਡ ਦੀ ਬਹੁਤ ਵੱਡੀ ਅਖਬਾਰ ਹੈ, ਅੱਜ ਵੀ ਚੱਲਦੀ ਹੈ, ਦੀ ਗਾਰਡੀਅਨ। ਗਾਰਡੀਅਨ ਅਖਬਾਰ ਉਸਦੇ ਓਵਰਆਲ ਦੀ ਜੇਬ ਦੇ ਵਿੱਚ ਹੁੰਦੀ ਸੀ। ਟਿਊਬ ਦੇ ਵਿੱਚ ਸਫ਼ਰ ਕਰਦਾ ਵੀ ਅਖਬਾਰ ਜਾਂ ਕੋਈ ਕਿਤਾਬ ਪੜ੍ਹ ਰਿਹਾ ਹੁੰਦਾ। ਖਾਣੀ ਦੀ ਬ੍ਰੇਕ ਇੱਕ ਘੰਟੇ ਦੀ ਅਤੇ ਚਾਹ ਬ੍ਰੇਕ ਅੱਧੇ ਘੰਟੇ ਦੀ ਹੁੰਦੀ। ਇਹਨਾਂ ਬ੍ਰੇਕਾਂ ਦੇ ਵਿੱਚ ਲੋਕ ਤੀਜੀ ਮੰਜ਼ਲ ਵਾਲੇ ਹਾਲ ਕਮਰਿਆਂ ਦੇ ਵਿੱਚ ਜਾ ਬੈਠਦੇ, ਰੰਗ, ਮੁਲਕ ਜਾਂ ਦੋਸਤੀਆਂ ਦੇ ਹਿਸਾਬ ਦੇ ਨਾਲ ਢਾਣੀਆਂ ਬਣ ਜਾਂਦੀਆਂ। ਬਹੁਤੇ ਲੋਕ ਤਾਂ ਕੰਟੀਨ ਦੇ ਵਿੱਚੋਂ ਹੀ ਖਾਣਾ ਖਾਂਦੇ, ਪਰ ਕਈ ਲੋਕ ਘਰਾਂ ਤੋਂ ਵੀ ਖਾਣਾ ਲੈ ਆਉਂਦੇ। ਖਾਣਾ ਗਰਮ ਕਰਨ ਦੇ ਲਈ ਓਵਨ ਵੀ ਬਣੇ ਹੋਏ, ਹਾਲਾਂ ਦੇ ਨਾਲ ਦੀਆਂ ਰਸੋਈਆਂ ਵੀ ਚਾਹ ਆਦਿ ਦੇ ਲਈ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ। ਪੰਜਾਬੀ ਲੋਕ ਦੇਸੀ ਹਿਸਾਬ ਦੀ ਕਾੜ ਕਾੜ ਕੇ ਚਾਹ ਬਣਾਉਂਦੇ। ਕਈ ਗਰੁੱਪ ਬਣੇ ਹੋਏ ਸੀ, ਹਰ ਗਰੁੱਪ ਨੇ ਆਪਣਾ ਬਕਸਾ ਜਿਹਾ ਰੱਖਿਆ ਹੋਇਆ ਸੀ, ਜਿਸ ਦੇ ਵਿੱਚ ਚਾਹ ਦਾ ਸਮਾਨ, ਅਖਬਾਰਾਂ, ਮੈਗਜ਼ੀਨ, ਤਾਸ਼ ਆਦਿ ਪਏ ਰਹਿੰਦੇ।
ਵਿਹਲੇ ਸਮੇਂ ਤਾਸ਼ ਆਮ ਖੇਲੀ ਜਾਂਦੀ ਅਤੇ ਵੈਸਟ ਇੰਡੀਅਨ ਰੋਲਾ ਜਿਹੜਾ ਪਾਉਂਦੇ ਹੋਏ ਕੋਈ ਗੇਮ ਖੇਡਦੇ। ਸੁਰਜਨ ਵੇਦ ਪ੍ਰਕਾਸ਼ ਵਾਲੇ ਗਰੁੱਪ ਦੇ ਵਿੱਚ ਸ਼ਾਮਲ ਹੋ ਗਿਆ। ਗਰੁੱਪ ਦੇ ਵਿੱਚ ਸ਼ਾਮਲ ਹੋਣ ਦੇ ਲਈ £1 ਹਫ਼ਤੇ ਦਾ ਦੇਣਾ ਪੈਂਦਾ ਸੀ। ਸੁਰਜਨ ਪ੍ਰੀਤ ਲੜੀ ਪੜ੍ਹਨ ਦਾ ਸ਼ੌਕੀਨ ਸੀ। ਪ੍ਰੀਤ ਲੜੀ, ਉਹ ਪ੍ਰੀਤ ਲੜੀ ਨੂੰ ਪੜ੍ਹਦਾ, ਉਸਨੇ ਲਗਵਾਈ ਹੋਈ ਸੀ ਉੱਥੇ। ਜਦ ਉਹ ਪੜ੍ਹ ਲੈਂਦਾ ਤਾਂ ਉਹ ਬਕਸੇ ਦੇ ਵਿੱਚ ਰੱਖ ਦਿੰਦਾ ਤਾਂ ਜੋ ਹੋਰ ਵੀ ਪੜ੍ਹ ਸਕਣ। ਰੋਇਲ ਡੀਨ ਦੇ ਵਿੱਚ ਐਤਵਾਰ ਦਾ ਦਿਨ ਸਭ ਤੋਂ ਵਿਸ਼ੇਸ਼ ਹੁੰਦਾ ਸੀ। ਗਰੁੱਪਾਂ ਦੇ ਵਿੱਚੋਂ ਕੋਈ ਜਾਣਾ ਘਰੋਂ ਕੋਈ ਖਾਸ ਚੀਜ਼ ਬਣਾ ਕੇ ਲੈ ਕੇ ਆਉਂਦਾ। ਕਈ ਮੀਟ ਦੇ ਦੇਗਚੇ ਵੀ ਚਾੜ ਲੈਂਦੇ, ਜਿਸ ਦੀ ਬਰੇਕ ਹੁੰਦੀ ਆ ਕੇ ਕੜਛੀ ਫੇਰ ਜਾਂਦਾ, ਬੋਤਲਾਂ ਖੋਲਦੀਆਂ। ਕਈ ਵਾਰ ਗੋਰੇ ਇੰਸਪੈਕਟਰ ਜਾਂ ਇੰਚਾਰਜ ਵੀ ਦੇਸੀ ਕਰੀ ਖਾਣ ਆ ਹੀ ਬੈਠਦੇ। ਸ਼ਾਮ ਦੀਆਂ ਸ਼ਿਫਟਾਂ ਅਤੇ ਰਾਤ ਦੀਆਂ ਸ਼ਿਫਟਾਂ ਦੇ ਵਿੱਚ ਸ਼ਰਾਬ ਬਹੁਤ ਪੀਤੀ ਜਾਂਦੀ। ਪੱਬ ਦਿਨੇ ਤਾਂ ਖੁੱਲ੍ਹਦਾ ਹੀ ਸੀ, ਪਰ ਰਾਤ ਨੂੰ 12 ਤੋਂ 2 ਵਜੇ ਤੱਕ ਵੀ ਖੁੱਲ੍ਹਦਾ। ਸੁੰਦਰ ਸਿੰਘ ਕਲਸੀ ਵਰਗੇ ਕੁਝ ਵਪਾਰੀ ਵੀ ਸਨ ਉੱਥੇ, ਜਿਹੜੇ ਆਪਣੇ ਲੋਕਰਾਂ ਦੇ ਵਿੱਚ ਵਿਸਕੀ ਰੱਖਦੇ ਅਤੇ ਵੇਚਦੇ। ਜਦ ਕਿਸੇ ਗਰੁੱਪ ਦੀ ਸ਼ਰਾਬ ਥੁੜ ਜਾਂਦੀ, ਉਹ ਸੁੰਦਰ ਸਿੰਘ ਕਲਸੀ ਤੱਕ ਪਹੁੰਚ ਕਰ ਲੈਂਦੇ। ਮਾੜੀ ਸ਼ਰਾਬ ਉਹ ਦੁੱਗਣੇ ਭਾਅ ਦੇ ਉੱਤੇ ਵੇਚਦਾ। ਸੁਰਜਨ ਸ਼ਰਾਬ ਵਾਲੀ ਢਾਣੀ ਦੇ ਵਿੱਚ ਕਦੇ ਨਹੀਂ ਸੀ ਰਲਿਆ। ਉਸਦੀ ਜ਼ਿਆਦਾ ਵੇਦ ਪ੍ਰਕਾਸ਼ ਅਤੇ ਕੁਲਤਾਰ ਦੇ ਨਾਲ ਹੀ ਬਣਦੀ, ਜਿਨ੍ਹਾਂ ਦੇ ਨਾਲ ਉਹ ਲੰਮੀਆਂ ਸਿਆਸੀ ਬਹਿਸਾਂ ਕਰਦਾ ਰਹਿੰਦਾ। ਹਰ ਦੇਸ਼ ਦਾ ਅਤੇ ਹਰ ਧਰਮ ਰੰਗ ਦਾ ਬੰਦਾ ਇੱਥੇ ਕੰਮ ਕਰਦਾ, ਪਰ ਲੋਕਾਂ ਦੇ ਆਪਸ ਦੇ ਵਿੱਚ ਸੰਬੰਧ ਚੰਗੇ ਸੀ। ਨਸਲਵਾਦ ਵੀ ਮਨਾਂ ਦੇ ਅੰਦਰੋਂ ਅੰਦਰ ਸੀ, ਪਰ ਕੋਈ ਨਸ਼ਰ ਨਾ ਕਰਦਾ। ਭਾਰਤੀ ਅਤੇ ਪਾਕਿਸਤਾਨੀ ਆਪਸ ਦੇ ਵਿੱਚ ਮੋਹ ਕਰਦੇ, ਪਰ ਕਦੇ ਕਦੇ ਆਪਸ ਦੇ ਵਿੱਚ ਤਿੜ ਵੀ ਜਾਂਦੇ। ਜਦ 1965 ਦੀ ਲੜਾਈ ਲੱਗੀ ਸੀ ਨਾ, ਤਾਂ ਬਹੁਤ ਸਾਰੇ ਵਤਨ ਪ੍ਰਸਤਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਬੋਲਣਾ ਵੀ ਬੰਦ ਕਰ ਦਿੰਦੇ ਸਨ। ਅਤੇ ਇਹੋ ਹੀ ਗੱਲ ਫਿਰ 1971 ਦੇ ਵਾਲੀ ਲੜਾਈ ਦੇ ਵਿੱਚ ਵੀ ਹੋਈ। 71 ਦੀ ਜੰਗ ਦੌਰਾਨ 71 ਤੱਕ ਰੋਇਲ ਡੀਨ ਦੇ ਵਿੱਚ ਇੰਨੇ ਕੁ ਭਾਰਤੀ ਅਤੇ ਪਾਕਿਸਤਾਨੀ ਹੋ ਚੁੱਕੇ ਸੀ ਕਿ ਮੈਨੇਜਮੈਂਟ ਡਰਨ ਲੱਗੀ ਸੀ ਕਿ ਇਹ ਲੋਕ ਆਪਸ ਦੇ ਵਿੱਚ ਹੀ ਨਾ ਕਿਤੇ ਇੱਥੇ ਲੜਨ ਪੈਣ। ਆਪਸ ਦੇ ਵਿੱਚ ਤਣਾਅ ਹੀ ਜਿਹੜਾ ਇੰਨਾ ਵੱਧ ਗਿਆ ਕਿ ਖਤਰੇ ਦੀਆਂ ਘੰਟੀਆਂ ਵੱਜਣ ਲੱਗੀਆਂ। ਪਾਕਿਸਤਾਨੀ ਢਾਣੀ ਵਿੱਚੋਂ ਕੋਈ ਆ ਕੇ ਖਬਰ ਸੁਣਾਉਂਦਾ, ਲਓ ਜੀ ਲਓ ਖਬਰ ਆਈ ਹੈ ਕਿ ਸਾਡੇ ਜਹਾਜ਼ਾਂ ਨੇ ਦਿੱਲੀ ਦਾ ਕਨਾਟ ਪਲੇਸ ਢਾਹ ਛੱਡਿਆ ਜੇ। ਭਾਰਤੀ ਢਾਣੀ ਦੇ ਵਿੱਚੋਂ ਕੋਈ ਭੜਕਾਉਂਦਾ ਹੋਇਆ ਬੋਲਦਾ, ਖਾਨ ਜੇ ਢਾਉਣ ਆਈ ਹੈ ਤਾਂ ਕੋਈ ਮਿਲਟਰੀ ਦਾ ਅੱਡਾ ਢਾਓ। ਕਨਾਟ ਪਲੇਸ ਤਾਂ ਇੱਕ ਸੈਰਗਾਹ ਹੈ, ਨਾਲੇ ਇੱਕ ਗੱਲ ਦੱਸ ਖਾਨ, ਦਿੱਲੀ ਤੱਕ ਦੇ ਸਫ਼ਰ ਦੇ ਲਈ ਜਹਾਜ਼ ਨੂੰ ਤੇਲ ਕਿੰਨਾ ਲੱਗਦਾ ਪਤਾ ਕੁਝ? ਇੰਨਾ ਵੀ ਪਤਾ ਕਿ ਲੜਾਕੇ ਜਹਾਜ਼ ਦੇ ਵਿੱਚ ਕਿੰਨੀ ਦੇਰ ਤੱਕ ਉੜਨ ਜੋਗਾ ਤੇਲ ਭਰਿਆ ਜਾ ਸਕਦਾ? ਕੋਈ ਹੋਰ ਭਾਰਤੀ ਗੱਲ ਕਰਦਾ, ਆਖਣ ਲੱਗਦਾ, ਪਾਕਿਸਤਾਨੀ ਜਹਾਜ਼ਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਬੰਬ ਕਿਤੇ ਸੁੱਟਣਾ ਹੈ। ਗੱਲ ਸਾਡੇ ਬਾਪੂ ਦੀ ਚਿੱਠੀ ਆਈ ਹੈ ਕੱਲ੍ਹ ਪਿੰਡੋਂ, ਬਾਪੂ ਦੀ ਚਿੱਠੀ ਆਈ ਕਿ ਪਾਕਿਸਤਾਨੀ ਜਹਾਜ਼ ਆਏ ਅਤੇ ਛੱਪੜ ਦੇ ਵਿੱਚ ਬੰਬ ਸੁੱਟ ਕੇ ਦੌੜ ਗਏ। ਇੱਦਾਂ ਹੀ ਨਾਲ ਦੇ ਪਿੰਡ ਇੱਕ ਤੋਕੜ ਜਿਹੀ ਮੱਝ ਮਾਰ ਗਏ ਬੰਬ ਦੇ ਨਾਲ। ਇਵੇਂ ਹੀ ਭਾਰਤੀਆਂ ਦਾ ਥੱਲਾ ਲਾਉਣ ਦੇ ਲਈ ਪਾਕਿਸਤਾਨੀ ਵੀ ਕਹਾਣੀਆਂ ਘੜ ਲੈਂਦੇ। ਵਿੱਚੋਂ ਹੀ ਕੋਈ ਉੱਠਦਾ ਅਤੇ ਬੋਲਦਾ, ਯਾਰੋ ਕਿਉਂ ਬੈਸੀ ਜਾਂਦੇ ਹੋ, ਏ ਕਿਉਂ ਮਾਹੌਲ ਖਰਾਬ ਕਰਨ ਲੱਗੇ ਹੋ, ਇਹ ਸਾਰੀ ਗੌਰਮੈਂਟਾਂ ਦੀ ਸਿਆਸਤ ਹੈ। ਮਰਦੇ ਆ ਵਿਚਾਰੇ ਸਧਾਰਨ ਲੋਕ, ਤੁਸੀਂ ਬੇਗਾਨੇ ਮੁਲਕ ਦੇ ਵਿੱਚ ਆਏ ਹੋ,
ਭਰਾਵਾਂ ਵਾਂਗ ਰਹੋ ਰਲ ਮਿਲ ਕੇ। ਇੱਕ ਦਿਨ ਰਾਮ ਸਿੰਘ ਸ਼ਰਾਬੀ ਹੋਇਆ ਕਹਿੰਦਾ, ਫਿਰੇ ਕਿ ਬੰਗਲਾਦੇਸ਼ ਬਣੇ ਜਾਂ ਨਾ ਬਣੇ, ਇੰਡੀਆ ਜਿੱਤਣਾ ਜਾਂ ਨਹੀਂ, ਪਰ ਮੈਂ ਚੈਲੰਜ ਕਰਦਾ ਵੀ ਜਿਹੜਾ ਮਰਜ਼ੀ ਪਾਕਿਸਤਾਨੀ ਮੇਰੇ ਨਾਲ ਘੁਲ ਕੇ ਦੇਖ ਲਵੇ। ਦੋਸਤਾਂ ਨੇ ਬੜੀ ਮੁਸ਼ਕਲ ਦੇ ਨਾਲ ਰਾਮ ਸਿੰਘ ਨੂੰ ਠੰਡਾ ਕੀਤਾ। ਇਹਨਾਂ ਲੋਕਾਂ ਦੇ ਵਿੱਚ ਇੱਕ ਹੋਰ ਵੀ ਜੋੜੀ ਸੀ, ਰਮਨ ਭਾਈ ਅਤੇ ਮਨਸੂਰ ਅਲੀ ਦੀ। ਦੋਨੋਂ ਕੱਛ ਦੇ ਰਹਿਣ ਵਾਲੇ ਸੀ। ਪਾਕਿਸਤਾਨ ਬਣਨ ਤੋਂ ਬਾਅਦ ਮਨਸੂਰ ਅਲੀ ਦਾ ਟੱਬਰ ਕਰਾਚੀ ਜਾ ਵਸਿਆ। ਦੋਨਾਂ ਦੀ ਹੀ ਸ਼ਾਮ ਦੀ ਸ਼ਿਫਟ, ਹਰੇਕ ਬ੍ਰੇਕ ਦੇ ਵਿੱਚ ਘੁੱਟ ਘੁੱਟ ਪੀਂਦੇ ਰਹਿੰਦੇ ਅਤੇ ਸ਼ੁਗਲ ਕਰਦੇ ਰਹਿੰਦੇ। ਜਿੱਥੇ ਅਜਿਹਾ ਬਹਿਸ ਮੁਬਾਸਾ ਹੋ ਰਿਹਾ ਸੀ ਹੁੰਦਾ, ਉੱਥੇ ਜਾ ਬੈਠਦੇ, ਨਕਲੀਆਂ ਵਾਂਗ, ਜਿਹੜਾ ਸੀ ਜਾਣੀ ਕਿ ਰੀਸਾਂ ਲਾਉਣਿਆਂ ਵਾਂਗ, ਨਕਲੀਆਂ ਵਾਂਗ ਉੱਚੀ ਉੱਚੀ ਗੱਲਾਂ ਕਰਨ ਲੱਗਦੇ। ਹਾਂ ਬਈ ਮਨਸੂਰ ਭਾਈ, ਬੋਲ ਰਮਨ ਭਾਈ, ਮੈਂ ਸੋਚ ਰਿਹਾ ਹੂੰ ਕਿ ਇੰਡੀਆ ਵੇਚ ਦੂੰ। ਤੂੰ ਠੀਕ ਸੋਚ ਰਿਹਾ, ਮੁਝੇ ਵੀ ਪਾਕਿਸਤਾਨ ਵੇਚ ਦੇਣਾ ਹੈ। ਬੋਲ ਖਰੀਦੇਗਾ? ਚਲੋ ਮੈਨੇ ਪਾਕਿਸਤਾਨ ਖਰੀਦਾ, ਯੇ ਲੋ ਇੱਕ ਪੌਂਡ। ਸਾਲੇ ਦੋ ਪੌਂਡ ਕੀਮਤ ਹੈ ਪਾਕਿਸਤਾਨ ਕੀ, ਔਰ ਤੂੰ ਸਿਰਫ ਏਕ ਦੇ ਰਿਹਾ ਹੈ? ਨਹੀਂ ਮਨਸੂਰ ਭਾਈ, ਦੋ ਪੌਂਡ ਬਹੁਤ ਜ਼ਿਆਦਾ ਹੈ। ਦੋ ਪੌਂਡ ਮੇਂ ਤੋ ਮੈਂ ਇੰਡੀਆ ਵੇਚ ਰਿਹਾ ਹੂੰ ਯਾਰ। ਦੇਖੋ ਕਿਤਨਾ ਬੜਾ ਮੁਲਕ ਹੈ, ਸਾਥ ਮੇਂ ਕਸ਼ਮੀਰ ਵੀ। ਚੱਲ ਯਾਰ ਰਮਨ ਭਾਈ, ਤੂੰ ਪੁਰਾਣਾ ਦੋਸਤ ਹੈ ਮੇਰਾ, ਲਾ ਏਕ ਪੌਂਡ ਹੀ ਦੇ ਦੇ। ਰਮਨ ਭਾਈ ਉੱਠ ਕੇ ਇੱਕ ਪੌਂਡ ਮਨਸੂਰ ਨੂੰ ਅਲੀ ਨੂੰ ਦਿੰਦਾ, ਫੜਾਉਂਦਾ। ਫੜਾਉਣ ਲੱਗਦਾ ਤਾਂ ਕੋਲ ਬੈਠਾ ਕੋਈ ਗਾਲ ਕੱਢਦਾ, ਕਹਿੰਦਾ, ਚਲੋ ਪਾਗੋ ਯਹਾਂ ਸੇ, ਸਾਲੇ ਪਾਗਲ ਕਹੀਂ ਕੇ। ਉਹ ਦੋਵੇਂ ਇੱਕੋ ਆਵਾਜ਼ ਦੇ ਵਿੱਚ ਬੋਲਦੇ, ਪਾਗਲ ਹਮ ਨਹੀਂ, ਪਾਗਲ ਤੁਮ ਹੋ, ਜੋ ਕੌਮ ਔਰ ਦੇਸ਼ ਕੇ ਨਾਮ ਪਰ ਖਾਮ ਖਾਂ ਕੀ ਟੈਂਸ਼ਨ ਕ੍ਰੀਏਟ ਕਰਤੇ ਹੋ। ਅਰੇ ਕਿਸ ਇੰਡੀਆ, ਕਿਸ ਕਾ ਪਾਕਿਸਤਾਨ, ਅਰੇ ਓਵਰ ਟਾਈਮ ਲਗਾਓ ਕਰਕੇ ਰੋਇਲ ਡੀਨ ਮੇਂ ਕਾਮ। ਜਿਸ ਦਿਨ ਭਾਰਤੀ ਫੌਜ ਨੇ 1,00,000 ਪਾਕਿਸਤਾਨੀ ਫੌਜ ਨੂੰ ਜੰਗੀ ਕੈਦੀ ਬਣਾਇਆ, ਉਸ ਦਿਨ ਮਾਹੌਲ ਬਹੁਤ ਖਤਰਨਾਕ ਸੀ। ਕੋਈ ਪਾਕਿਸਤਾਨੀ ਕੋਲੋਂ ਦੀ ਲੰਘਦਾ ਤਾਂ ਸ਼ਰਾਰਤੀ ਲੋਕ ਆਵਾਜ਼ੇ ਕੱਸਣ ਲੱਗ ਜਾਂਦੇ। ਕੁਝ ਦਿਨ ਤਾਂ ਭਾਰਤੀ ਪੰਜਾਬੀਆਂ ਨੇ ਇਸ ਖ਼ਬਰ ਨੂੰ ਸ਼ਰਾਬ ਪੀਣ ਦਾ ਬਹਾਨਾ ਵੀ ਬਣਾਇਆ। ਲੜਾਈ ਜਿੱਤਣ ਦੀ ਖੁਸ਼ੀ ਦੇ ਵਿੱਚ ਗੋਰਿਆਂ ਨੇ ਕਾਲਿਆਂ ਨੂੰ ਵੀ ਸ਼ਰਾਬ ਪਿਲਾਈ ਸੀ। ਸਰਦੂਲ ਦੇ ਖੱਤ ਨੇ ਸੁਰਜਨ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ। ਉੱਡਦਾ ਬਹਿੰਦਾ ਇਹੋ ਸੋਚਦਾ ਰਹਿੰਦਾ ਕਿ ਹੁਣ ਕੀ ਕਰੇ। ਸਰਦੂਲ ਨੇ ਲਿਖਿਆ ਸੀ, ਕਲੇਰਾਂ ਦੇ ਵਿੱਚ ਜ਼ਮੀਨ ਦੇ ਦੋ ਖੇਤ ਵਿਕਾਊ ਨੇ, ਸਸਤੇ ਮਿਲ ਰਹੇ ਨੇ। ਸੁਰਜਨ ਨੂੰ ਜ਼ਮੀਨ ਦੇ ਨਾਲ ਬਹੁਤ ਪਿਆਰ ਸੀ, ਪਿਆਰ ਨਹੀਂ ਸੀ। ਸੁਰਜਨ ਨੂੰ ਜ਼ਮੀਨ ਦੇ ਨਾਲ ਬਹੁਤਾ ਪਿਆਰ ਨਹੀਂ ਸੀ। ਉਸਨੇ ਤਾਂ ਆਪਣੇ ਹਿੱਸਾ ਵੀ ਪਿਓ ਦੇ ਕਹਿਣ ਦੇ ਉੱਤੇ ਆਪਣੇ ਭਰਾਵਾਂ ਨੂੰ ਛੱਡ ਦਿੱਤਾ ਸੀ। ਜੇ ਕੁਝ ਖਰੀਦਣਾ ਵੀ ਹੋਵੇ ਤਾਂ ਆਪਣੇ ਪਿੰਡ ਚੱਕ ਦੇ ਵਿੱਚ ਹੀ ਖਰੀਦਣਾ ਸੀ ਉਹਨੇ। ਕਲੇਰਾਂ ਉਸਦੇ ਪਿੰਡ ਤੋਂ ਕੁਝ ਦੂਰ ਸੀ, ਫਿਰ ਸੋਹਰਾ ਪਿੰਡ ਵੀ ਸੀ ਉੱਥੇ। ਆਪਣੇ ਸ਼ਰੀਕੇ ਦੇ ਵਿੱਚ ਵਸਣ ਦਾ ਮਜ਼ਾ ਹੋਰ ਹੁੰਦਾ ਹੈ। ਸਰਦੂਲ ਦੀ ਗੱਲ ਨੂੰ ਮੋੜਨਾ ਵੀ ਨਹੀਂ ਸੀ ਚਾਹੁੰਦਾ, ਅਤੇ ਸਰਦੂਲ ਦੋਸਤ ਵੀ ਸੀ ਅਤੇ ਉਸਦੇ ਉਸ ਉੱਪਰ ਅਹਿਸਾਨ ਵੀ ਬਹੁਤ ਸਨ। ਜਦੋਂ ਦਾ ਉਹ ਇੰਗਲੈਂਡ ਆਇਆ, ਪਾਸ਼ੀ ਬੱਚੇ ਲੈ ਕੇ ਜਿਹੜਾ ਕਲੇਰੀ ਹੀ ਰਹਿ ਰਹੀ ਸੀ ਉਹਦੀ ਘਰ ਵਾਲੀ। ਚੱਕ ਵਾਲਾ ਘਰ ਵੀ ਛੋਟਾ ਜਿਹਾ ਸੀ ਅਤੇ ਫਿਰ ਪਾਸ਼ੀ ਭੋਲੀ ਜਿਹੀ ਔਰਤ ਸੀ। ਉਸਦੇ ਭਰਾ ਦੀ ਤੇਜ਼ ਪਤਨੀ ਨੇ ਤਾਂ ਉਸਦੇ ਪਿੰਡ ਪੈਰ ਵੀ ਨਹੀਂ ਸੀ ਲੱਗਣ ਦੇਣੇ।
ਪਾਸ਼ੀ ਦੇ ਸਿਰਫ ਕੁੜੀਆਂ ਹੀ ਆਉਣ ਕਰਕੇ ਉਸਨੂੰ ਹੀਣੀ ਜਿਹੀ ਵੀ ਸਮਝਿਆ ਜਾ ਰਿਹਾ ਸੀ। ਸਰਦੂਲ ਨੇ ਆਪ ਹੀ ਕਿਹਾ ਸੀ ਕਿ ਜਿੰਨਾ ਚਿਰ ਉਹ ਨਹੀਂ ਮੁੜਦਾ ਨਾ ਵਾਪਸ ਇੰਗਲੈਂਡੋਂ, ਪਾਸ਼ੀ ਉਹਨਾਂ ਦੇ ਕੋਲ ਹੀ ਰਹੇਗੀ। ਸਰਦੂਲ ਹੋਰੀ ਤਿੰਨ ਭਰਾ ਇਕੱਠੇ ਹੀ ਰਹਿੰਦੇ। ਉਹਨਾਂ ਨੇ ਪਾਸ਼ੀ ਨੂੰ ਅਲੱਗ ਘਰ ਛੱਤ ਦਿੱਤਾ ਅਤੇ ਲਵੇਰਾ ਵੀ ਰੱਖ ਦਿੱਤਾ ਹੋਇਆ ਸੀ। ਸੁਰਜਨ ਨੂੰ ਕਦੇ ਵੀ ਆਪਣੇ ਬੱਚਿਆਂ ਦਾ ਫਿਕਰ ਨਹੀਂ ਸੀ ਹੋਇਆ, ਇਹ ਸਰਦੂਲ ਕਰਕੇ ਹੀ ਸੀ। ਸਰਦੂਲ ਪਾਸ਼ੀ ਦਾ ਵੱਡਾ ਭਰਾ, ਉਸਦਾ ਸਾਲਾ ਬਾਅਦ ਦੇ ਵਿੱਚ ਬਣਿਆ, ਪਹਿਲਾਂ ਉਸਦਾ ਦੋਸਤ ਸੀ, ਦੋਸਤ ਵੀ ਬਰਾਬਰ ਖੜਨ ਵਾਲਾ। ਉਸਦੇ ਆਪਣੇ ਭਰਾ ਨਿਰਮਲ ਨਾਲ ਸੰਬੰਧ ਪਹਿਲੇ ਜਿਹੇ ਨਹੀਂ ਸਨ ਰਹੇ, ਖਾਸ ਤੌਰ 'ਤੇ ਜਦੋਂ ਇੰਗਲੈਂਡ ਆ ਗਿਆ। ਬੱਚੇ ਕਲੇਰੀ ਰਹਿਣ ਜਾ ਲੱਗੇ ਅਤੇ ਨਿਰਮਲ ਨੇ ਸਾਰੇ ਘਰ ਉੱਪਰ ਹੀ ਕਬਜ਼ਾ ਕਰ ਲਿਆ ਪਿੱਛਿਓਂ। ਉਸਦੀ ਗੱਲਬਾਤ ਤੋਂ ਜ਼ਾਹਰ ਸੀ ਕਿ ਹੁਣ ਉਹ ਸੁਰਜਨ ਨੂੰ ਹਿੱਸਾ ਨਹੀਂ ਦੇਣ ਲੱਗਿਆ। ਇਸ ਗੱਲ ਦਾ ਸੁਰਜਨ ਨੂੰ ਦੁੱਖ ਤਾਂ ਸੀ, ਪਰ ਇਸ ਨੂੰ ਵੱਡੀ ਨਹੀਂ ਸੀ ਬਣਾਉਣਾ ਚਾਹੁੰਦਾ ਉਹ। ਉਸਨੇ ਸੋਚ ਲਿਆ ਕਿ ਨਵੀਂ ਜਗ੍ਹਾ ਖਰੀਦ ਕੇ ਹੋਰ ਘਰ ਛੱਤ ਲਿਆਂਗੇ। ਉਸਨੇ ਇੱਕ ਖੱਤ ਦੇ ਵਿੱਚ ਸਰਦੂਲ ਨੂੰ ਲਿਖ ਵੀ ਦਿੱਤਾ ਹੋਇਆ ਸੀ ਕਿ ਚੱਕ ਦੇ ਵਿੱਚ ਕੋਈ ਘਰ ਬਣਾਉਣ ਦੇ ਲਈ ਜਗ੍ਹਾ ਵਿਕਦੀ ਹੈ, ਹੋਏ ਵਿਕਦੀ ਹੋਵੇ ਤਾਂ ਦੇਖ ਲਵੇ। ਸਰਦੂਲ ਦੀ ਕਲੇਰਾਂ ਦੇ ਵਿੱਚ ਜ਼ਮੀਨ ਖਰੀਦਣ ਵਾਲੀ ਗੱਲ ਨੇ ਉਸਨੂੰ ਦੋ ਚਿੱਤੀ 'ਚ ਪਾ ਦਿੱਤਾ। ਦੋ ਕੁ ਦਿਨ ਉਸਨੇ ਸੋਚਿਆ ਅਤੇ ਫਿਰ ਹਾਂ ਕਰ ਦਿੱਤੀ ਕਿ ਦੇਖੀ ਜਾਵੇ ਕਿ ਜੋ ਹੋਊ, ਜਦ ਲੋੜ ਪਵੇਗੀ ਵੇਚ ਕੇ ਚੱਕ ਖਰੀਦ ਲਵੇਗਾ। ਸਰਦੂਲ ਅਤੇ ਸੁਰਜਨ ਨੇ ਇਕੱਠਿਆਂ ਨੇ ਰਾਮਗੜੀਆ ਕਾਲਜ ਦੇ ਵਿੱਚ ਦਾਖਲਾ ਲਿਆ। ਦੇਸ਼ ਨਵਾਂ ਨਵਾਂ ਆਜ਼ਾਦ ਹੋਇਆ ਸੀ ਉਸ ਸਮੇਂ, ਇਸ ਲਈ ਲੋਕਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਠਾਠਾ ਮਾਰ ਰਿਹਾ ਸੀ। ਨਾਲ ਦੀ ਨਾਲ ਕੌਮਿਨਿਸਟ ਜਿਹੜੀ ਲਹਿਰ ਵੀ ਜ਼ੋਰ 'ਤੇ ਸੀ ਅਤੇ ਉਹਨਾਂ ਦੋਨਾਂ ਨੇ ਇਕੱਠਿਆਂ ਨੇ ਕੌਮਿਨਿਜ਼ਮ ਸਮਝਣਾ ਸ਼ੁਰੂ ਕੀਤਾ। ਉਹ ਰਲ ਕੇ ਕਿਤਾਬਾਂ ਪੜ੍ਹਿਆ ਕਰਦੇ, ਰੂਸ ਬਾਰੇ ਗੱਲਾਂ ਕਰਦੇ। ਦੋਵੇਂ ਹੀ ਪਦਾਰਥਵਾਦੀ ਸਨ, ਰੱਬ 'ਤੇ ਯਕੀਨ ਨਹੀਂ ਸੀ ਕਰਦੇ। ਦੋਸਤਾਂ ਦੇ ਨਾਲ ਹੁੰਦੀ ਬਹਿਸ ਦੇ ਵਿੱਚ ਆਪਣੀ ਗੱਲ ਮਨਾਉਣ ਦੀ ਕੋਸ਼ਿਸ਼ ਕਰਦੇ ਕਿ ਕੁਦਰਤ ਆਪਣੇ ਆਪ ਦੇ ਵਿੱਚ ਸੰਪੂਰਨ ਹੈ, ਇਸ ਨੂੰ ਕੋਈ ਅਧਿਕ ਤਾਕਤ ਨਹੀਂ ਚਲਾਉਂਦੀ। ਉਹ ਕੌਮਿਨਿਸਟ ਪਾਰਟੀ ਦੇ ਹਮਦਰਦ ਬਣ ਗਏ, ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ। ਦੋਵੇਂ ਹੀ ਪ੍ਰੀਤਲੜੀ ਦੇ ਪਾਠਕ ਵੀ ਸੀ। ਕਈ ਦੋਸਤ ਉਹਨਾਂ ਨੂੰ ਪ੍ਰੀਤਲੜੀਏ ਕਹਿ ਕੇ ਬੁਲਾਉਂਦੇ ਸਨ, ਕਿਉਂਕਿ ਉਹ ਪ੍ਰੀਤਲੜੀ ਪੜ੍ਹਦੇ ਸਨ। ਉਹਨਾਂ ਦੀ ਅਜਿਹੀ ਦੋਸਤੀ ਪਈ ਕਿ ਦੋਨੋਂ ਦਿਨ ਪੀੜੀ ਹੁੰਦੀ ਗਈ, ਦੋਸਤੀ ਹੋਰ ਵੱਜਦੀ ਗਈ। ਇੱਕ ਦੂਜੇ ਦੇ ਘਰ ਜਾਣ ਲੱਗ ਗਏ, ਜਾ ਕੇ ਕਈ ਕਈ ਰਾਤਾਂ ਰਹਿਣ ਲੱਗ ਗਏ। BA ਦੇ ਵਿੱਚ ਪੜ੍ਹਦਿਆਂ ਹੀ ਸਰਦੂਲ ਦੇ ਪਿਤਾ ਦੀ ਮੌਤ ਹੋ ਗਈ। ਉਸਨੂੰ ਪੜ੍ਹਾਈ ਛੱਡਣੀ ਪੈ ਗਈ ਕਿਉਂਕਿ ਜ਼ਮੀਨ ਸੰਭਾਲਣੀ ਪੈਣੀ ਸੀ। ਦੂਜੇ ਭਰਾ ਹਾਲੇ ਛੋਟੇ ਸੀ, 70 ਏਕੜ ਜ਼ਮੀਨ ਦੇ ਸਨ, ਪਰ ਸੀ ਖਿੱਲਰਵੀਂ ਚੌਂ ਪਿੰਡਾਂ ਦੇ ਵਿੱਚ। ਬਾਹਰ ਦੇ ਵਿੱਚ ਉਹ ਕਈ ਮੁਰੱਬਿਆਂ ਦੇ ਮਾਲਕ, ਇੱਧਰ ਆ ਕੇ ਤਾਂ ਬਹੁਤ ਘੱਟ ਰਹਿ ਗਈ। ਪੜ੍ਹਾਈ ਜਾਰੀ ਰੱਖਦਿਆਂ ਜ਼ਮੀਨ ਨਹੀਂ ਸੀ ਸੰਭਾਲੀ ਜਾਣੀ। ਸਰਦੂਲ ਦੇ ਪਿਤਾ ਦੀ ਮੌਤ ਤੋਂ ਬਾਅਦ ਕਈ ਦਿਨ ਤੱਕ ਸੁਰਜਨ ਕਲੇਰੀ ਹੀ ਰਿਹਾ, ਆਪਣੇ ਦੋਸਤ ਦਾ ਦੁੱਖ ਵੰਡਾਉਂਦਾ ਰਿਹਾ। ਇਹਨਾਂ ਦਿਨਾਂ ਦੇ ਵਿੱਚ ਹੀ ਸਰਦੂਲ ਨੇ ਉਹਨਾਂ ਨੂੰ ਇੱਕ ਵਾਰ ਪੁੱਛਿਆ ਸੀ, ਸੁਰਜਨਾ ਵਿਆਹ ਕਦੋਂ ਕਰਾਉਣਾ ਹੈ? ਵਿਆਹ ਵੀ ਕਰਾ ਲਵਾਂਗੇ ਯਾਰ, ਇੱਥੇ ਕਿਹੜੀ ਕਾਲ ਪਈ ਹੈ? BA ਕਰਕੇ BT ਕਰਨੀ ਹੈ ਅਤੇ ਫਿਰ ਕਿਤੇ ਨੌਕਰੀ ਲੱਭਣੀ ਹੈ, ਫਿਰ ਜਾ ਕੇ ਸੋਚਾਂਗੇ ਵਿਆਹ ਬਾਰੇ। ਦੇਖੀ ਜਾਓ, ਹਾਲੇ ਬਥੇਰਾ ਟਾਈਮ ਹੈਗਾ। ਉਸ ਦਿਨ ਤਾਂ ਇੰਨੀ ਕੁ ਗੱਲ ਹੋ ਸਕੀ ਸੀ। ਇੱਕ ਦਿਨ ਫਿਰ ਸਰਦੂਲ ਗੱਲ ਕਰਨ ਲੱਗ ਪਿਆ, ਮੈਂ ਤਾਂ ਨਹੀਂ ਪੜ੍ਹ ਸਕਿਆ, ਪਰ ਹੁਣ ਮੈਂ ਭਰਾਵਾਂ ਨੂੰ ਜ਼ਰੂਰ ਪੜ੍ਹਾਉਣਾ ਹੈ, ਨਹੀਂ ਤਾਂ ਇਹਨਾਂ ਨੂੰ
ਜਗੀਰਦਾਰਾਂ ਵਾਲੇ ਐਬ ਲੱਗ ਜਾਣੇ ਐ, ਪਰ ਉਸ ਤੋਂ ਵੀ ਪਹਿਲਾਂ ਮੈਂ ਪਾਸ਼ੀ ਦਾ ਵਿਆਹ ਕਰ ਲੈਣਾ ਚਾਹੁੰਦਾ। ਪਾਸ਼ੀ ਸਰਦੂਲ ਦੀ ਭੈਣ ਨੂੰ ਸੁਰਜਨ ਨੇ ਚੰਗੀ ਤਰ੍ਹਾਂ ਦੇਖਿਆ ਹੋਇਆ ਸੀ। ਘਰ ਦਾ ਰੋਟੀ ਟੁੱਕ ਉਹੀ ਕਰਦੀ, ਪੜ੍ਹੀ ਭਾਵੇਂ ਬਹੁਤਾ ਨਹੀਂ ਸੀ ਪਰ ਕਾਮੜੂ ਬਹੁਤ ਸਚਿਆਰੀ ਅਤੇ ਸੋਹਣੀ ਵੀ। ਸੁਰਜਨ ਨੂੰ ਉਹ ਚੰਗੀ ਵੀ ਲੱਗਦੀ ਪਰ ਉਸਨੇ ਉਸਨੂੰ ਇੱਕ ਦੋਸਤ ਦੀ ਭੈਣ ਵਾਂਗ ਹੀ ਲਿਆ ਸੀ। ਸਰਦੂਲ ਨੇ ਫਿਰ ਕਿਹਾ, ਬਸ ਮੇਰੀ ਇੱਕੋ ਇੱਕ ਸਿਰਦਰਦੀ ਹੈ ਹੁਣ ਯਾਰ। ਇਹ ਕਾਹਦੀ ਸਿਰਦਰਦੀ ਹੈ ਸਰਦੂਲ? ਤੁਹਾਡੀ ਕੁੜੀ ਸੋਹਣੀ ਹੈ, ਉੱਚਾ ਖਾਣ ਦੇਣਾ ਤੁਹਾਡਾ, ਰਿਸ਼ਤਿਆਂ ਦਾ ਕੀ ਘਾਟਾ ਯਾਰ, ਫਿਕਰ ਕਿਉਂ ਕਰਦਾ ਹੈ? ਉਹ ਤਾਂ ਤੇਰੀ ਗੱਲ ਠੀਕ ਹੈ ਸੁਰਜਣਾ, ਪਰ ਮੈਂ ਕੁਝ ਹੋਰ ਸੋਚ ਰਿਹਾ। ਤੂੰ ਕੀ ਸੋਚ ਰਿਹਾ? ਸੁਰਜਣਾ, ਮੈਂ ਇੱਕ ਗੱਲ ਕਹਿਣ ਜਾ ਰਿਹਾ, ਤੂੰ ਹਾਂ ਕਰ ਜਾਂ ਨਾ ਕਰ, ਮੈਨੂੰ ਕੋਈ ਇਤਰਾਜ਼ ਨਹੀਂ। ਆਪਣੀ ਦੋਸਤੀ ਦੇ ਵਿੱਚ ਵੀ ਫਰਕ ਨਹੀਂ ਆਊਗਾ। ਦੱਸ, ਤੈਨੂੰ ਕੁੜੀ ਪਸੰਦ ਹੈ? ਸਰਦੂਲ, ਤੇਰਾ ਦਿਮਾਗ ਤਾਂ ਠੀਕ ਹੈ? ਇਹਦੇ ਵਿੱਚ ਦਿਮਾਗ ਠੀਕ ਹੋਣ ਜਾਂ ਨਾ ਹੋਣ ਵਾਲੀ ਕਿਹੜੀ ਗੱਲ ਹੈ? ਜੇ ਨਹੀਂ ਪਸੰਦ ਤਾਂ ਨਾ ਕਹਿ ਦੇ, ਸਭ ਕੁਝ ਤੇਰੇ ਸਾਹਮਣੇ ਹੀ ਹੈ। ਦੇਖ ਸਰਦੂਲ, ਆਪਾਂ ਦੋਸਤ ਹਾਂ ਅਤੇ ਦੋਸਤ ਹੀ ਰਹਿੰਦੇ ਹਾਂ, ਰਹੀਏ ਤਾਂ ਠੀਕ ਹੈ। ਦੋਸਤੀ ਦੇ ਵਿੱਚ ਆਪਣਾ ਮੇਲ ਠੀਕ ਹੈ ਪਰ ਰਿਸ਼ਤੇਦਾਰੀ ਦੇ ਵਿੱਚ ਇਹ ਮੇਲ ਨਹੀਂ ਚੱਲਦਾ ਹੁੰਦਾ। ਤੈਨੂੰ ਕੁੜੀ ਪਸੰਦ ਹੈ ਤਾਂ ਦੱਸ, ਫਿਰ ਮੈਂ ਅਗਲੀ ਗੱਲ ਕਰਦਾ। ਮੈਂ ਪਾਸ਼ੀ ਨੂੰ ਕਦੇ ਇਸ ਨਜ਼ਰ ਦੇ ਨਾਲ ਦੇਖਿਆ ਹੀ ਨਹੀਂ ਯਾਰ, ਕੁੜੀਆਂ ਵਰਗੀ ਕੁੜੀ ਹੈ ਹੋਰ ਕੀ ਹੈ। ਫਿਰ ਸੋਚ ਲੈ, ਕਾਲੀ ਕੋਈ ਨਹੀਂ, ਨਾ ਕਰਨੀ ਹੋਈ ਤਾਂ ਵੀ ਕੋਈ ਗੱਲ ਨਹੀਂ। ਦੇਖ ਸਰਦੂਲ, ਆਪਣਾ ਕੋਈ ਮੇਲ ਨਹੀਂ, ਤੁਸੀਂ ਲੈਂਡਲੋਰਡ ਹੋ ਅਤੇ ਮੈਂ ਯਾਰ ਬੇਜ਼ਮੀਨਾ, ਜ਼ਮੀਨੇ ਜੱਟ ਦਾ ਪੋਤਾ। ਆਪਣੇ ਸਮਾਜਿਕ ਰੁਤਬੇ ਦਾ ਬਹੁਤ ਵੱਡਾ ਫਰਕ ਹੈ ਯਾਰ। ਇਹ ਤਾਂ ਕੋਈ ਫਰਕ ਨਹੀਂ ਨਾ ਹੋਇਆ ਨਾ। ਦੇਖ, ਸਾਡੀ ਕੁੜੀ ਸਾਦੀ ਹੈ ਅਤੇ ਬਹੁਤ ਭੋਲੀ ਹੋਈ, ਪਰ ਇਹ ਹਾਲਾਤ ਦੇ ਵਿੱਚ ਰਹਿ ਸਕਦੀ ਹੈ, ਦੁੱਖ ਸੁੱਖ ਦੇ ਵਿੱਚ ਤੇਰਾ ਸਾਥ ਦੇ ਸਕਦੀ ਹੈ। ਤੇਰਾ ਦਿਲ ਕਰਦਾ ਤਾਂ ਤੂੰ ਕੁੜੀ ਦੇ ਨਾਲ ਆਪ ਗੱਲ ਕਰ ਸਕਦਾ ਹੈ। ਤੂੰ ਇੱਦਾਂ ਕਰ ਕਿ ਹਫ਼ਤਾ, 10 ਦਿਨ ਜਾਂ ਜਿੰਨਾ ਚਿਰ ਮਰਜ਼ੀ ਸੋਚ ਲੈ, ਕੋਈ ਕਾਹਲੀ ਨਹੀਂ ਆਪਾਂ ਨੂੰ। ਛੱਡ ਯਾਰ, ਕੋਈ ਹੋਰ ਗੱਲ ਕਰ, ਕਹਿ ਕੇ ਸੁਰਜਨ ਨੇ ਗੱਲ ਟਾਲਤੀ। ਉਸਨੇ ਵਿਹੜੇ ਦੇ ਵਿੱਚ ਫਿਰਦੀ ਪਾਸ਼ੀ ਵੱਲ ਇੱਕ ਵਾਰ ਫਿਰ ਦੇਖਿਆ। ਉਸਨੂੰ ਉਹ ਬਹੁਤ ਸੋਹਣੀ ਵੀ ਲੱਗੀ। ਸਰਦੂਲ ਨੂੰ ਪਤਾ ਸੀ ਕਿ ਪਾਸ਼ੀ ਦੇ ਲਈ ਸੁਰਜਨ ਤੋਂ ਚੰਗਾ ਮੁੰਡਾ ਨਹੀਂ ਲੱਭਣਾ। ਜ਼ਮੀਨ ਥੋੜ੍ਹੀ ਜਿਹੀ ਸੀ, ਭਾਵੇਂ ਜ਼ਮੀਨ ਥੋੜ੍ਹੀ ਜਿਹੀ ਸੀ ਭਾਵੇਂ ਘਰ ਭਾਵੇਂ, ਪਰ ਉਸਨੇ ਮਾਸਟਰ ਬਣ ਹੀ ਜਾਣਾ ਸੀ। ਉਹਨਾਂ ਦੀ ਕੁੜੀ ਭੁੱਖੀ ਨਹੀਂ ਸੀ ਮਰਨ ਲੱਗੀ। ਉਸਨੇ ਆਪਣੀ ਮਾਂ ਦੇ ਨਾਲ ਪਹਿਲਾਂ ਹੀ ਗੱਲ ਕਰ ਰੱਖੀ ਸੀ। ਉਸਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਸੁਰਜਨ ਨੇ ਥੋੜ੍ਹੇ ਕਿਤੇ ਨਾ ਨਹੀਂ ਕਰਨੀ। ਉਸ ਦਿਨ ਸੁਰਜਨ ਚਲਿਆ ਗਿਆ ਪਰ ਮੁੜ ਕਲੇਰਾ ਨਾ ਗਿਆ। ਪਾਸ਼ੀ ਨੂੰ ਉਸਨੇ ਪਸੰਦ ਤਾਂ ਕਰ ਲਿਆ, ਬਸ ਵੱਡੇ ਰੁਤਬੇ ਵਾਲੇ ਗੱਲ ਰੜਕੀ ਜਾ ਰਹੀ ਸੀ। ਉਸਨੇ ਪਾਸ਼ੀ ਨੂੰ ਉਹ ਸੁੱਖ ਸਹੂਲਤਾਂ ਨਹੀਂ ਸੀ ਦੇ ਸਕਣੀਆਂ ਜਿਹੜੀਆਂ ਉਸਨੂੰ ਹੁਣ ਹਾਸਲ ਸਨ। ਘਰ ਦੇ ਵਿੱਚ ਉਸਦੇ ਤਾਂ ਹਿੱਸੇ ਵੀ ਕੁਝ ਖਾਣ ਹੀ ਨਹੀਂ ਆਉਂਦੇ ਸਨ। ਸਰਦੂਲ ਨੇ 2 ਹਫ਼ਤੇ ਉਸਨੂੰ ਉਡੀਕਿਆ ਅਤੇ ਫਿਰ ਆਪ ਹੀ ਚੱਕ ਚਲਿਆ ਗਿਆ। ਸੁਰਜਨ ਘਰ ਹੀ ਸੀ। ਸਰਦੂਲ ਉਸਦੇ ਨਾਲ ਹੱਥ ਮਿਲਾਉਂਦਾ ਬੋਲਿਆ, ਕਿੱਧਰ ਗਾਇਬ ਹੋ ਗਿਆ ਹੋਏ ਤੂੰ? ਨਹੀਂ ਤਾਂ ਨਾ ਸਹੀ ਪਰ ਦੋਸਤੀ ਨਾ ਛੱਡ ਯਾਰ। ਮੈਂ ਜ਼ਰਾ ਪੜ੍ਹਾਈ ਦੇ ਵਿੱਚ ਬਿਜ਼ੀ ਸੀ
ਪਰ ਸਰਦੂਲ ਇਹ ਬਹੁਤ ਅਣਹੋਈ ਗੱਲ ਹੈ। ਆ ਦੇਖ ਮੇਰਾ ਘਰ ਅਤੇ ਫਿਰ ਦੇਖ ਆਪਣੀ ਇੱਕ ਘੁਮਾ ਨਜ਼ਰ ਜ਼ਰਾ ਵਿੱਚ ਬਣੀ ਹਵੇਲੀ ਕੀ ਹੈ। ਦੇਖ ਸੁਰਜਣਾ ਇਹ ਕੋਈ ਮਸਲਾ ਨਹੀਂ। ਹਾਂ ਜੇ ਤੈਨੂੰ ਕੁੜੀ ਨਹੀਂ ਪਸੰਦ ਤਾਂ ਕੋਈ ਗੱਲ ਨਹੀਂ। ਇਹ ਕੀ ਗੱਲ ਕਰਦਾ ਯਾਰ, ਚੰਗੀ ਭਲੀ ਕੁੜੀ ਹੈ ਪਰ ਮੈਂ ਉਹਨੂੰ ਤੇਰੇ ਘਰ ਵਾਲੀਆਂ ਸਹੂਲਤਾਂ ਕਿੱਥੋਂ ਦੇਵਾਂਗਾ। ਇਸ ਗੱਲ ਦਾ ਫਿਕਰ ਨਾ ਕਰ ਤੂੰ। ਜੇ ਕੁੜੀ ਕਦੇ ਕੋਈ ਕੰਪਲੇਂਟ ਕਰੇ ਤਾਂ ਤੂੰ ਮੈਨੂੰ ਫੜੀ। ਪਹਿਲਾਂ ਤੂੰ ਆਪਣਾ ਮਨ ਬਣਾ ਲੈ, ਫਿਰ ਆਪਣੇ ਪਰਿਵਾਰ ਦੇ ਵਿੱਚ ਸਲਾਹ ਕਰ ਲੈ। ਘਰਦਿਆਂ ਦੇ ਨਾਲ ਹੁਣ ਤੂੰ ਹੀ ਗੱਲ ਕਰੇਂਗਾ, ਪਰ ਇਹ ਕੰਮ ਗਲਤ ਕਰ ਰਿਹਾ ਹੈ। ਤੂੰ ਮੇਰੀ ਜ਼ੁਬਾਨ 'ਤੇ ਭਰੋਸਾ ਰੱਖ, ਕੁੜੀ ਤੈਨੂੰ ਵੀ ਸੁੱਖ ਦਿਓ ਅਤੇ ਤੇਰੇ ਨਾਲ ਰਹਿ ਕੇ ਉਹ ਵੀ ਸੁੱਖ ਪਾਊਗੀ। ਦੇਖ ਸਰਦੂਲ, ਮੈਂ ਤੇਰੀ ਗੱਲ ਮੰਨ ਲੈਂਦਾ, ਪਰ ਤੈਨੂੰ ਵੀ ਮੇਰੀਆਂ ਦੋ ਗੱਲਾਂ ਮੰਨਣੀਆਂ ਪੈਣੀਆਂ, ਤਾਂ ਹੀ ਇਹ ਦੋਸਤੀ ਅੱਗੇ ਕਾਇਮ ਰਹੇਗੀ। ਤੂੰ ਹੁਕਮ ਕਰ ਯਾਰ, ਸਿਰ ਮੱਥੇ ਕੀ ਕਹਿੰਦਾ ਹੈ। ਇੱਕ ਗੱਲ ਤਾਂ ਇਹ ਹੈ ਕਿ ਮੈਂ ਦਾਜ ਬਿਲਕੁਲ ਨਹੀਂ ਲੈਣਾ। ਜਿਸ ਦਿਨ ਵੀ ਤੂੰ ਮੈਨੂੰ ਕੁਝ ਦੇਣ ਦੀ ਕੋਸ਼ਿਸ਼ ਕੀਤੀ ਨਾ, ਮੈਂ ਆਪਣੀ ਦੋਸਤੀ ਖਤਮ ਹੋ ਜਾਣੀ ਹੈ। ਉਹ ਜੋ ਕੁਝ ਸਾਡੀ ਮਾਂ ਬਣਾਈ ਬੈਠੀ ਹੈ, ਕੁੜੀ ਨੇ ਆਪਣੇ ਹੱਥੀਂ ਵੀ ਬਣਾਇਆ ਹੋਇਆ ਬਹੁਤ ਕੁਝ ਹੈ। ਮੈਂ ਕੁਝ ਨਹੀਂ ਲੈਣਾ। ਕੁੜੀ ਤਿੰਨ ਕੱਪੜਿਆਂ ਦੇ ਵਿੱਚ ਆਊ ਸਾਡੇ ਘਰੇ, ਜੇ ਆਊ ਦੇਖ ਲੈ ਮਨਜ਼ੂਰ ਹੈ। ਦੂਜੀ ਗੱਲ ਕਿਹੜੀ ਹੈ? ਦੂਜੀ ਗੱਲ ਇਹ ਹੈ ਕਿ ਮੈਂ ਸਿਰਫ ਸਿਵਲ ਮੈਰਿਜ ਹੀ ਕਰਨੀ ਹੈ। ਸੁਰਜਣਾ ਇੱਥੇ ਤੂੰ ਗਲਤ ਹੈ। ਦੇਖ ਆਪਾਂ ਰੱਬ ਨੂੰ ਨਹੀਂ ਮੰਨਦੇ, ਪਰ ਆਪਣੇ ਨਾਲ ਜੁੜੇ ਲੋਕ ਤਾਂ ਆਪਣੇ ਜਿਹੇ ਨਹੀਂ ਨਾ ਯਾਰ। ਪਾਸ਼ੀ ਤਾਂ ਮੰਨਦੀ ਹੈ ਨਾ ਰੱਬ ਨੂੰ, ਬਾਕੀ ਤੇਰਾ ਮੇਰਾ ਸਾਰਾ ਟੱਬਰ ਵੀ। ਜੇ ਧਾਰਮਿਕ ਰਸਮਾਂ ਨਾ ਹੋਈਆਂ, ਫੇਰੇ ਨਾ ਹੋਏ ਤਾਂ ਲੋਕਾਂ ਦੇ ਮਨ ਵਹਿਮੀ ਹੋ ਜਾਂਦੇ ਨੇ। ਮਹਾਰਾਜ ਦੇ ਮੂਹਰੇ ਵਿਆਹ ਨੂੰ ਇਹ ਲੋਕ ਅਸਲੀ ਵਿਆਹ ਮੰਨਦੇ ਹੈ। ਸੁਰਜਣ ਨੂੰ ਜਾਪਿਆ ਕਿ ਸਰਦੂਲ ਇਸ ਗੱਲ ਦੇ ਵਿੱਚ ਸਹੀ ਵੀ ਹੈ। ਵਿਆਹ ਪਾਸ਼ੀ ਦਾ ਵੀ ਤਾਂ ਹੋਣਾ ਸੀ ਨਾ, ਹੋ ਰਿਹਾ ਸੀ, ਇਕੱਲਾ ਸਰਦੂਲ ਦਾ ਹੀ ਨਹੀਂ, ਉਸਦੀ ਮਰਜ਼ੀ ਵੀ ਤਾਂ ਹੋਣੀ ਚਾਹੀਦੀ ਸੀ ਨਾ। ਸਰਦੂਲ ਨੇ ਫਿਰ ਕਿਹਾ, ਤੁਸੀਂ ਬਰਾਤ ਲੈ ਕੇ ਆ ਜਿਓ, ਜਿੰਨੀ ਮਰਜ਼ੀ ਅਸੀਂ ਪੂਰੀ ਸੇਵਾ ਕਰਾਂਗੇ ਤੁਹਾਡੀ, ਲੈਣ ਦੇ ਜਿਵੇਂ ਤੂੰ ਕਹੇਗਾ ਉਵੇਂ ਹੋ। ਨਹੀਂ, ਬਰਾਤ ਵੀ ਨਹੀਂ ਆਉਣੀ। ਪੰਜ ਬੰਦੇ ਤਾਂ ਆਵੋਗੇ ਹੀ, ਤੇਰੇ ਇਕੱਲੇ ਨਾਲ ਹੀ ਕਿੱਦਾਂ ਕੁੜੀ ਤੋਰ ਦੇਵਾਂਗੇ। ਹਾਂ ਠੀਕ ਹੈ, ਪੰਜ ਬੰਦੇ ਹੋਣਗੇ, ਪਰ ਰਾਤ ਨਹੀਂ ਰਹਾਂਗੇ ਉੱਥੇ। ਉਹਨਾਂ ਨੇ ਹੱਥ ਮਿਲਾ ਲਏ। ਘਰ ਦੇ ਵਿੱਚ ਆਉਣੀ ਜਾਣੀ ਹੋਣ ਦੇ ਕਰਕੇ ਸਰਦੂਲ ਸੁਰਜਣ ਦੇ ਪਿਤਾ ਬਿਕਰਮ ਸਿੰਘ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ। ਜਦ ਉਸਨੇ ਜਾ ਕੇ ਉਹਦੇ ਨਾਲ ਗੱਲ ਕੀਤੀ ਤਾਂ ਬਿਕਰਮ ਸਿੰਘ ਨੂੰ ਯਕੀਨ ਹੀ ਨਾ ਆਵੇ ਕਿ ਐਡੇ ਵੱਡੇ ਅਲਾਟੀ ਜਿਹੜੇ ਨੇ ਉਹਦੇ ਘਰ ਰਿਸ਼ਤਾ ਲੈ ਕੇ ਆਏ ਨੇ। ਉਸਨੇ ਤਾਂ ਉਸੇ ਵੇਲੇ ਹੀ ਦੱਬੀ ਹੋਈ ਬੋਤਲ ਪੁੱਟ ਲਈ। ਸਰਦੂਲ ਪੂਰੀ ਤਿਆਰੀ ਕਰਕੇ ਆਇਆ ਹੋਇਆ ਸੀ। ਛੁਹਾਰਾ ਅਤੇ ਕੁਝ ਪਤਾਸੇ ਉਸਦੇ ਝੋਲੇ ਦੇ ਵਿੱਚ ਪਾਏ ਸੀ। ਉਸਨੇ ਉਸੇ ਵੇਲੇ ਹੀ ਛੁਹਾਰਾ ਸੁਰਜਣ ਦੇ ਮੂੰਹ ਨੂੰ ਛੁਆ ਦਿੱਤਾ। ਉਹ ਦੋਸਤਾਂ ਤੋਂ ਰਿਸ਼ਤੇਦਾਰ ਬਣ ਗਏ। ਉਸ ਸਾਲ ਸੁਰਜਣ ਨੇ BA ਕਰ ਲਈ ਅਤੇ ਉਸ ਤੋਂ ਅਗਲੇ ਸਾਲ BT। BT ਕਰਦਿਆਂ ਹੀ ਉਸਨੂੰ ਨੌਕਰੀ ਮਿਲ ਗਈ ਅਤੇ ਨਾਲ ਹੀ ਉਸਦਾ ਵਿਆਹ ਵੀ ਹੋ ਗਿਆ। ਕੁਝ ਦਿਨ ਪਾਸ਼ੀ ਉਸਦੇ ਨਾਲ ਪਿੰਡ ਚੱਕ ਰਹੀ ਅਤੇ ਫਿਰ ਜਿੱਥੇ ਵੀ ਉਸਦੀ ਨੌਕਰੀ ਹੁੰਦੀ ਗਈ ਉਹ ਨਾਲ ਹੀ ਨਾਲ ਰਹਿੰਦੀ। ਛੁੱਟੀਆਂ ਦੇ ਵਿੱਚ ਉਹ ਚੱਕ ਦੀ ਥਾਂ ਕਲੇਰੀ ਚਲੇ ਜਾਂਦੇ। ਚੱਕ ਵਾਲੇ ਛੋਟੇ ਜਿਹੇ ਘਰ ਵਿੱਚ ਉਹਨਾਂ ਦਾ ਦਿਲ ਵੀ ਨਾ ਲੱਗਦਾ। ਬਿਕਰਮ ਸਿੰਘ ਹੋਰੀ ਪੰਜ ਭਰਾ ਸੀ ਅਤੇ ਪੰਜ ਹੀ ਖੇਤ ਜ਼ਮੀਨ ਦੇ ਸੀ।
ਪੰਜਾਂ ਦੇ ਵਿੱਚੋਂ ਦੋ ਛੜੇ ਸੀ। ਇੱਕ ਛੜਾ ਤਾਰਾ ਸਿੰਘ ਬਿਕਰਮ ਸਿੰਘ ਦੇ ਨਾਲ ਰਹਿੰਦਾ। ਜਦ ਬਿਕਰਮ ਸਿੰਘ ਦੀ ਪਤਨੀ ਧੰਨੋ ਬਿਮਾਰ ਰਹਿਣ ਲੱਗ ਗਈ ਤਾਂ ਤਾਰਾ ਸਿੰਘ ਆਪਣੀ ਟਿੰਡ ਫੋੜੀ ਚੁੱਕ ਕੇ ਸਿਹਤਵੰਤ ਪਤਨੀ ਵਾਲੇ ਭਰਾ ਲਹਿਣਾ ਸਿੰਘ ਦੇ ਨਾਲ ਜਾ ਰਹਿਣ ਲੱਗਿਆ। ਇਵੇਂ ਬਿਕਰਮ ਸਿੰਘ ਦੇ ਕੋਲ ਇੱਕ ਹੀ ਖੇਤ ਰਹਿ ਗਿਆ। ਧੰਨੋ ਦੀ ਮੌਤ ਤੋਂ ਬਾਅਦ ਘਰ ਦੀ ਰੋਟੀ ਪਾਣੀ ਦਾ ਕੰਮ ਉਸਦੀ ਧੀ ਨੇ ਸੰਭਾਲ ਲਿਆ, ਪਰ ਫਿਰ ਵੀ ਹਾਲੇ ਸਾਰੀ ਕਬੀਲਦਾਰੀ ਨਜਿੱਠਣ ਵਾਲੀ ਪਈ ਸੀ। ਸੁਰਜਨ ਅਤੇ ਨਿਰਮਲ ਹਾਲੇ ਪੜ੍ਹਦੇ ਹੀ ਸਨ। ਨਿਰਮਲ ਦਾ ਸਕੂਲੇ ਦਿਲ ਨਾ ਲੱਗਿਆ ਅਤੇ ਉਹਨੇ ਆਪਣੇ ਪਿਓ ਦੇ ਨਾਲ ਖੇਤੀ ਕਰਾਉਣ ਲੱਗ ਪਿਆ, ਨਾਲ ਹੀ ਜੁੜ ਗਿਆ। ਪਰ ਸੁਰਜਨ ਨੂੰ ਖੇਤੀ ਚੰਗੀ ਨਹੀਂ ਸੀ ਲੱਗਦੀ। ਉਸਨੇ ਤਾਂ ਹਲ ਵਾਹੁਣਾ ਵੀ ਰੋ ਪਿੱਟ ਕੇ ਹੀ ਸਿੱਖਿਆ। ਪੜ੍ਹਨ ਦੇ ਵਿੱਚ ਉਹ ਚੰਗਾ ਸੀ, ਬਿਨਾਂ ਫੇਲ ਹੋਇਆ ਅੱਗੇ ਤੁਰਦਾ ਜਾ ਰਿਹਾ ਸੀ। ਬਿਕਰਮ ਸਿੰਘ ਵੀ ਚਾਹੁੰਦਾ ਸੀ ਕਿ ਉਹ ਪੜ੍ਹ ਜਾਵੇ, ਖੇਤੀ ਵਿੱਚ ਕੁਝ ਨਹੀਂ ਸੀ ਪਿਆ। ਸੁਰਜਨ ਖੇਤਾਂ ਵੱਲ ਵੀ ਘੱਟ ਹੀ ਗੇੜਾ ਮਾਰਦਾ ਅਤੇ ਬਿਕਰਮ ਸਿੰਘ ਉਸਨੂੰ ਪਾੜਾ ਕਹਿ ਕੇ ਸੰਬੋਧਨ ਹੁੰਦਾ ਸੀ। ਛੇਤੀ ਹੀ ਬਿਕਰਮ ਸਿੰਘ ਨੇ ਆਪਣੀ ਧੀ ਦਾ ਵਿਆਹ ਕਰਤਾ, ਪਰ ਨਾਲ ਹੀ ਨਿਰਮਲ ਵੀ ਵਿਆਹ ਲਿਆ ਗਿਆ। ਬਿਕਰਮ ਸਿੰਘ ਸਿਰੜੀ ਜੱਟ ਸੀ, ਆਪਣੀ ਜ਼ਮੀਨ ਨਹੀਂ ਵੀ ਸਹੀ ਸੀ ਤਾਂ ਆਪਣੀ ਜ਼ਮੀਨ ਨਹੀਂ ਵੀ ਸੀ ਤਾਂ ਨਾ ਸਹੀ, ਉਹ ਹਾਲੇ ਭੋਲੀ ਅਤੇ ਜ਼ਮੀਨ ਲੈ ਕੇ ਹਾਲੇ ਭੋਲੀ ਅਤੇ ਜ਼ਮੀਨ ਲੈ ਕੇ ਇੱਕ ਹਲ ਜੋਗੀ ਖੇਤੀ ਕਰੀ ਜਾ ਰਿਹਾ ਸੀ ਅਤੇ ਟੱਬਰ ਦਾ ਨਿਭਾਅ ਵਧੀਆ ਕਰ ਰਿਹਾ ਸੀ। ਇੱਕ ਦਿਨ ਬਿਕਰਮ ਸਿੰਘ ਨੇ ਸੁਰਜਨ ਨੂੰ ਕੋਲ ਬਿਠਾਇਆ ਅਤੇ ਕਹਿਣ ਲੱਗਿਆ, ਦੇਖ ਸੁਰਜਨ ਪੁੱਤ, ਤੂੰ ਪੜ੍ਹ ਗਿਆ, ਨੌਕਰੀ 'ਤੇ ਲੱਗ ਗਿਆ, ਵਿਆਹ ਹੋ ਗਿਆ, ਮੈਂ ਕਿਸੇ ਨਾ ਕਿਸੇ ਤਰ੍ਹਾਂ ਤੁਹਾਨੂੰ ਪਾਲਿਆ, ਤੇਰੀ ਮਾਂ ਦੀ ਬਿਮਾਰੀ ਦੇਖੀ, ਆਚਾਰ ਖਣ ਬਣਾਏ ਅਤੇ ਪਸ਼ੂਆਂ ਲਈ ਵੀ ਬਣਾਏ, ਮਿੰਦੋ ਵਿਆਹੀ, ਨਿਰਮਲ ਦਾ ਵਿਆਹ ਕੀਤਾ, ਤੈਨੂੰ ਪੜ੍ਹਾਇਆ ਵੀ, ਮੈਨੂੰ ਬਹੁਤ ਮਿਹਨਤ ਕਰਨੀ ਪਈ ਹੈ ਅਤੇ ਨਿਰਮਲ ਨੇ ਵੀ ਮੇਰੇ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਹੁਣ ਮੇਰੀ ਇੱਕ ਗੱਲ ਆ, ਜੇ ਮੰਨੇ ਤਾਂ। ਦੱਸ ਬਾਪੂ, ਕੀ ਗੱਲ ਹੈ? ਮੈਂ ਜ਼ਰੂਰ ਮੰਨੂ ਤੇਰੀ ਗੱਲ। ਤੂੰ ਇੱਦਾਂ ਕਰੀ ਬਈ, ਆ ਕਰ, ਨਿਰਮਲ ਨੂੰ ਛੱਡ ਦੇ, ਤੂੰ ਬਾੜੇ 10 ਮਰਲੇ ਜਿਹੜੇ ਨੇ ਬਗਲ ਲਈ। ਉਸਨੇ ਬਾਪੂ ਦੀ ਗੱਲ ਨੂੰ ਸੱਤ ਬਚਨ ਕਹਿ ਕੇ ਮੰਨ ਲਿਆ। ਸਾਲ ਕੁ ਬਾਅਦ ਉਸਨੇ ਬਾੜੇ ਦੇ ਵਿੱਚ 10 ਮਰਲੇ ਜਗ੍ਹਾ ਦੁਆਲੇ ਬਗਲ ਵੀ ਕਰ ਲਿਆ ਕਿ ਇੱਥੇ ਘਰ ਬਣਾਵਾਂਗੇ। ਛੇਤੀ ਹੀ ਬਿਕਰਮ ਸਿੰਘ ਬਿਮਾਰ ਪੈ ਗਿਆ, ਉਸਨੂੰ ਆਪਣਾ ਅੰਤ ਨੇੜੇ ਆਉਂਦਾ ਜਾਪਿਆ। ਉਸਨੇ ਇੱਕ ਵਾਰ ਫਿਰ ਸੁਰਜਨ ਨੂੰ ਆਪਣੇ ਕੋਲ ਬਿਠਾਇਆ ਅਤੇ ਕਿਹਾ, ਦੇਖ ਪੁੱਤ, ਮੈਂ ਕੋਈ ਵਸੀਅਤ ਨਹੀਂ ਕਰਨੀ। 8 ਕਨਾਲ ਜ਼ਮੀਨ ਦੀ ਵਸੀਅਤ ਕਰਦਾ ਵੀ ਬੰਦਾ ਬੁਰਾ ਲੱਗਦਾ। 8 ਕਨਾਲ ਦੇ ਮਾਲਕ ਨੂੰ ਤਾਂ ਜ਼ਿਮੀਦਾਰ ਕਹਾਉਣ ਦਾ ਹੱਕ ਵੀ ਨਹੀਂ ਹੁੰਦਾ, ਪਰ ਕੀ ਕਰਦਾ, ਮੇਰੇ ਹਿੱਸੇ ਹੀ ਇੰਨੀ ਆਈ, ਪੜ੍ਹਿਆ ਮੈਂ ਹੈ ਨਹੀਂ, ਮੇਰੀ ਉਮਰ ਤਾਂ ਤੁਹਾਨੂੰ ਪਾਲਦਿਆਂ ਕਰਦਿਆਂ ਹੀ ਨਿਕਲ ਗਈ। ਦੇਖ ਪੁੱਤ, ਹੁਣ ਤੇਰੇ ਕੋਲ ਨੌਕਰੀ ਹੈਗੀ ਹੈ, ਤੇਰੇ ਸਹੁਰੇ ਵੀ ਤਕੜੇ ਹੈ, ਔਖ ਪਈ ਅਤੇ ਤੇਰੇ ਨਾਲ ਖੜਨ ਵਾਲੇ ਵੀ ਨੇ। ਮੈਂ ਚਾਹੁੰਦਾ ਕਿ ਤੂੰ ਭਰਾ ਤੋਂ ਆਪਣਾ ਹਿੱਸਾ ਨਾ ਮੰਗੇ, ਬਾਕੀ ਤੇਰੀ ਮਰਜ਼ੀ ਹੈ, ਮੈਂ ਵਸੀਅਤ ਨਹੀਂ ਕਰਨੀ, ਸੋ ਸਭ ਕੁਝ ਤੇਰੀ ਮਰਜ਼ੀ 'ਤੇ ਛੱਡ ਰਿਹਾ, ਜਿੱਦਾਂ ਤੂੰ ਕਹੇ ਬਾਪੂ, ਮੈਨੂੰ ਮਨਜ਼ੂਰ ਹੈ। ਬਿਕਰਮ ਸਿੰਘ ਸੁਖੀ ਸੁਖੀ ਮਰਿਆ ਸੀ। ਉਸਨੂੰ ਬਸ ਇੱਕ ਝੋਰਾ ਰਿਹਾ ਸੀ ਕਿ ਸੁਰਜਨ ਨੇ ਕੋਈ ਦਾਜ ਨਹੀਂ ਸੀ ਲਿਆ। ਜਦੋਂ ਸੁਰਜਨ ਨੇ ਦਾਜ ਤੋਂ ਬਿਨਾਂ ਵਿਆਹ ਕਰਾਉਣ ਦੀ ਗੱਲ ਕੀਤੀ ਸੀ ਤਾਂ ਘਰ ਦੇ ਵਿੱਚ ਬਹੁਤ ਹੰਗਾਮਾ ਹੋਇਆ ਸੀ।
ਬਿਕਰਮ ਸਿੰਘ ਨੇ ਬਹੁਤ ਪੈਰ ਅੜਾਏ ਸੀ, ਪਰ ਅੰਤ ਉਸ ਨੂੰ ਸਮਝੌਤਾ ਕਰਨਾ ਪਿਆ। ਪਿੰਡ ਦੇ ਲੋਕ ਦਾਜ ਨਾ ਲੈਣ ਕਾਰਨ ਕਈ ਵਾਰ ਬਿਕਰਮ ਸਿੰਘ ਦੇ ਕੋਲ ਅਫਸੋਸ ਕਰਨ ਬਹਿ ਜਾਂਦੇ ਕਿ ਘਰ ਦੀ ਮਾਲੀ ਹਾਲਤ ਨੂੰ ਵਧੀਆ ਬਣਾਉਣ ਦਾ ਸੁਰਜਨ ਨੇ ਮੌਕਾ ਹੱਥੋਂ ਗਵਾ ਦਿੱਤਾ, ਤਾਂ ਬਿਕਰਮ ਸਿੰਘ ਦੋਵੇਂ ਹੱਥ ਹਵਾ ਦੇ ਵਿੱਚ ਘੁਮਾਉਂਦਾ ਹੋਇਆ ਬੋਲਦਾ, ਕੀ ਕਰੀਏ, ਆ ਕਿਤਾਬਾਂ ਪਾੜੇ ਦੇ ਦਿਮਾਗ ਨੂੰ ਹੀ ਚੜ ਗਈਆਂ ਨੇ, ਕਿਤਾਬਾਂ ਪਾੜੇ ਦੇ ਦਿਮਾਗ ਨੂੰ ਹੀ ਚੜ ਗਈਆਂ। ਜੀ ਦੋਸਤੋ, ਇਹ ਸੀ ਜੀ ਹਰਜੀਤ ਅਟਵਾਲ ਜੀ ਦੀ ਕਲਮ ਦੇ ਵਿੱਚੋਂ ਨਾਵਲ 92 ਲੜੀਵਾਰ ਭਾਗ 3, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ, ਦੁਆਬਾ ਰੇਡੀਓ ਦਾ ਮੰਚ। ਮੈਨੂੰ ਦਿਵਾ ਗਿਆ ਸਾਰਿਆਂ ਨੂੰ, ਹੈਵ ਏ ਨਾਈਸ ਵੀਕਐਂਡ, ਅਤੇ ਸਭ ਨੂੰ ਸਤਿ ਸ਼੍ਰੀ ਅਕਾਲ ਜੀ।